ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੂਰੀ ਤਾਕਤ ਲਾ ਦਿੱਤੀ ਗਈ ਹੈ ਆਪਣੀ ਪਾਰਟੀ ਦੇ 2 ਦਰਜਨ ਵਿਧਾਇਕ ਤੇ ਮੰਤਰੀ ਜਿਹੜੇ ਆ ਉਹ ਵੀ ਝੋਕ ਦਿੱਤੇ ਗਏ ਨੇ। ਕਿਵੇਂ, ਕੀ ਕੁਝ ਗੱਲਬਾਤ ਹੈ? ਬਹੁਤ ਅਹਿਮ ਖਬਰ ਜਾਣਨ ਵਾਲੀ ਹੈ ਸਾਡੇ ਦਰਸ਼ਕਾਂ ਦੇ ਵਾਸਤੇ, ਬਹੁਤ ਅਹਿਮ ਖਬਰ ਤੇ ਵਿਸਥਾਰ ਪੂਰਵਕ ਜਿਹੜੀ ਇਸੇ ਤੇ ਚਰਚਾ ਕਰਨੀ ਹੈ। ਉਧਰ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਵੱਡੀ ਮੁਸੀਬਤ ਵੀ ਹੈ ਭਗਵੰਤ ਮਾਨ ਦੇ ਵਾਸਤੇ, ਕਿਹੜੀ ਉਸ ਤੇ ਵੀ ਅਹਿਮ ਜਿਹੜੀ ਅਸੀਂ ਚਰਚਾ ਕਰਾਂਗੇ। ਨਾਲ ਹੀ ਨਾਲ ਚਰਚਾ ਕਰਾਂਗੇ ਕਿ ਉਧਰ ਮੁਸੀਬਤਾਂ ਸੁਖਬੀਰ ਸਿੰਘ ਬਾਦਲ ਵਾਸਤੇ ਵੀ, ਸੁਖਬੀਰ ਸਿੰਘ ਬਾਦਲ ਦੇ ਵਿਰੋਧੀਆਂ ਦੇ ਵੱਲੋਂ, ਪਾਰਟੀ ਦੇ ਅੰਦਰਲੇ ਵਿਰੋਧੀਆਂ ਦੇ ਵੱਲੋਂ ਜਿਹੜੀ ਕੋਰ ਕਮੇਟੀ ਦੇ ਵਿੱਚ ਵੀ ਜਿਹਨਾਂ ਦਾ ਰੌਲਾ ਪਿਆ, ਉਹਨਾਂ ਦੀ ਹੁਣ ਇੱਕ ਅਹਿਮ ਮੀਟਿੰਗ ਸੁਖਬੀਰ ਬਾਦਲ ਦੇ ਖਿਲਾਫ ਜਲੰਧਰ ਦੇ ਵਿੱਚ ਹੋਈ ਹੈ, ਜਿਹਦੇ ਵਿੱਚ ਬਹੁਤ ਵੱਡੇ ਆਗੂ ਕੌਣ ਕੌਣ ਇਹਦੇ ਵਿੱਚ ਸ਼ਾਮਿਲ ਰਹੇ ਆ, ਸੁਖਬੀਰ ਨੂੰ ਵੱਡਾ ਝਟਕਾ, ਕੀ ਕੁਝ ਇਸ ਮੀਟਿੰਗ ਦੇ ਵਿੱਚ ਗੱਲਾਂ ਬਾਤਾਂ, ਕੀ ਸੁਖਬੀਰ ਦੀ ਕੁਰਸੀ ਜਿਹੜੀ ਆ, ਸੁਖਬੀਰ ਦਾ ਤਖਤਾ ਪਲਟ ਕਰਨ ਦੀ ਤਿਆਰੀ ਹੈ, ਸਾਰੀਆਂ ਖਬਰਾਂ ਤੇ ਵਿਸਥਾਰ ਪੂਰਵਕ ਚਰਚਾ ਕਰਨੀ ਹੈ। ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਆ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਖ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਸਾਰੇ ਸਤਿ ਸ੍ਰੀ ਅਕਾਲ ਜੀ। ਅਣਖ ਸਾਹਿਬ, ਪਹਿਲੀ ਖਬਰ ਮੈਂ ਇਹੀ ਲੈਣਾ ਚਾਹੂੰਗਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਖਿਲਾਫ ਇੱਕ ਮੀਟਿੰਗ ਕਹਿੰਦੇ ਜਲੰਧਰ ਦੇ ਵਿੱਚ ਕੁਝ ਵੱਡੇ ਆਗੂਆਂ ਦੀ ਹੋਈ ਹੈ, ਕਿਹੜੇ ਕਿਹੜੇ ਆਗੂ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਰਹੇ ਔਰ ਕੀ ਕੁਝ ਲੱਖਣ ਲੱਗਦੇ ਤੁਹਾਨੂੰ ਜਿਹੜੇ ਦਿਖਾਈ ਦੇ ਰਹੇ ਇਸ ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਵਾਸਤੇ? ਸੁਖਵਿੰਦਰ ਜੀ, ਕੱਲ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਸੀ, ਤਾਂ ਉਸ ਨਾਮਜ਼ਦਗੀ ਭਰਨ ਵੇਲੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਬੀਬੀ ਸੁਰਜੀਤ ਕੌਰ ਹੋਣੀ, ਉਹ ਜਦੋਂ ਨਾਮਜ਼ਦਗੀ ਪੱਤਰ ਭਰਦੇ ਆ, ਉਸ ਵਕਤ ਉਹਨਾਂ ਦੇ ਨਾਲ ਬੀਬੀ ਜਗੀਰ ਕੌਰ, ਦੂਸਰੇ ਪਾਸੇ ਵਡਾਲਾ ਸਾਹਿਬ ਜਿਹੜੇ ਨੇ ਉਹ ਨਾਲ ਹੁੰਦੇ ਆ, ਤੇ ਉਸ ਤੋਂ ਬਾਅਦ ਜਲੰਧਰ ਚ ਫਿਰ ਇੱਕ ਮੀਟਿੰਗ ਜਿਹੜੀ ਆ ਆਰਗੇਨਾਈਜ਼ ਉੱਤੇ ਹੁੰਦੀ ਹੈ ਇਸ ਕਾਂਗਸ ਭਰਨ ਤੋਂ ਬਾਅਦ। ਤਾਂ ਉਸ ਮੀਟਿੰਗ ਚ ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ, ਉਹਦੇ ਨਾਲ ਸਿਕੰਦਰ ਸਿੰਘ ਮਲੂਕਾ, ਪ੍ਰੇਮ ਸਿੰਘ ਚੰਦੂ ਮਾਜਰਾ, ਇਹੋ ਜਿਹੜੇ ਵੱਡੇ ਨਾਮ ਨੇ, ਈਵਨ ਕਿ ਮੰਤਰੀ ਤਿਆਲੀ ਵੱਲੋਂ ਵੀ ਪਤਾ ਲੱਗਾ, ਚਰਚਾਵਾਂ ਨਹੀਂ ਕਿ ਉਹ ਵੀ ਸ਼ਾਮਲ ਹੁੰਦੇ। ਹੁਣ ਇਹ ਜਿਹੜੇ ਬੰਦੇ ਨੇ ਸ਼ਾਮਲ ਹੋ ਕੇ ਮੀਟਿੰਗ ਉੱਥੇ ਆਰਗਨਾਈਜ਼ ਹੁੰਦੀ ਹੈ, ਖਾਸ ਤੌਰ ਤੇ ਉਦੋਂ ਕਿ ਜਦੋਂ ਨਾਮਜ਼ਦਗੀ ਪੱਤਰ ਭਰ ਦਿੱਤੇ ਜਾਂਦੇ ਆ। ਬੀਬੀ ਜਗੀਰ ਕੌਰ ਹੁਣੀ, ਕਿਉਂਕਿ ਇਸ ਜਿਹੜੀ ਕਮੇਟੀ ਬਣੀ ਉਹਦੇ ਇੰਚਾਰਜ ਨੇ ਜਲੰਧਰ ਦੀ ਜ਼ਿਮਨੀ ਚੋਣ ਵਾਸਤੇ, ਤਾਂ ਸੁਭਾਵਕ ਆ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਮੀਟਿੰਗ ਜਿਹੜੀ ਆਰਗਨਾਈਜ਼ ਹੁੰਦੀ ਹੈ। ਹੁਣ ਇਸ ਮੀਟਿੰਗ 'ਚ ਚਰਚਾਵਾਂ ਚੱਲੀਆਂ ਕਿ ਖਾਸ ਤੌਰ 'ਤੇ ਸਿੱਧੂ ਸਾਹਿਬ, ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ, ਇੱਕ ਤਾਂ ਲੀਡਰਸ਼ਿਪ ਨੂੰ ਲੈ ਕੇ, ਦੂਸਰਾ ਕਿ ਇਸ ਜਿਹੜੀ ਜ਼ਿਮਨੀ ਚੋਣ ਆ ਇਸ ਦੇ ਵਿੱਚ ਅਕਾਲੀ ਦਲ ਨੇ ਆਪਣਾ ਪ੍ਰਦਰਸ਼ਨ ਕਿਹੋ ਜਿਹਾ ਕਰਨਾ, ਇਹੋ ਜਿਹਾ ਪ੍ਰਦਰਸ਼ਨ ਕਰਕੇ ਤਾਂ ਜੋ ਕੱਲ੍ਹ ਨੂੰ ਜੇਕਰ ਸੁਖਬੀਰ ਸਿੰਘ ਬਾਦਲ ਦੇ ਪ੍ਰਤੀ ਕੋਈ ਇੱਕ ਖੇਮਾ ਇਕੱਠਾ ਹੁੰਦਾ, ਤਾਂ ਇਸ ਚੋਣਾਂ ਦੇ ਆਧਾਰ 'ਤੇ ਇਹ ਦੱਸਿਆ ਜਾਵੇ ਕਿ ਹਾਂ ਜੀ, ਆਹ ਜ਼ਿਮਨੀ ਚੋਣ ਜਿਹੜੀ ਜਿੱਤ ਲਈ ਆ, ਅਤੇ ਇਸ ਕਰਕੇ ਹੁਣ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਸ ਨੂੰ ਬਦਲਣ ਦੀ ਲੋੜ, ਟਾਪ ਦੀ ਲੀਡਰਸ਼ਿਪ ਨੂੰ ਬਦਲਣ ਦੀ ਲੋੜ ਹੈਗੀ ਆ। ਇਸ ਕਰਕੇ ਕਹਿੰਦੇ ਕਿ ਇਹ ਮੀਟਿੰਗ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਕਿ ਖਾਸ ਤੌਰ 'ਤੇ ਜਿਸ ਤਰੀਕੇ ਨਾਲ ਉਮੀਦਵਾਰਾਂ ਦੀ ਜਮਾਨਤ ਜਦੋਂ ਜ਼ਬਤ ਹੁੰਦੀ ਆ, ਤਾਂ ਅਕਾਲੀ ਦਲ ਦਾ ਜਿਹੜਾ ਟਾਪ ਦੀ ਲੀਡਰਸ਼ਿਪ ਆ, ਖਾਸ ਤੌਰ 'ਤੇ ਬੀਬੀ ਹਰਸਿਮਰਤ ਕੌਰ ਬਾਦਲ, ਉਹ ਆਪਣੀ ਜਿੱਤ ਨੂੰ ਕਹਿ ਦਿੰਦੇ ਕਿ ਅਕਾਲੀ ਦਲ ਦੀ ਜਿੱਤ ਆ, ਅਤੇ ਜਿਹੜੇ ਬੰਦੇ ਹਾਰੇ ਨੇ ਉਹਨਾਂ ਨੂੰ ਕੋਈ ਹੱਕ ਨਹੀਂ ਹੈਗਾ, ਜਿਨ੍ਹਾਂ ਦੀਆਂ ਜਮਾਨਤਾਂ ਜ਼ਬਤ ਹੋਈਆਂ ਨੇ ਉਹਨਾਂ ਨੂੰ ਕੋਈ ਹੱਕ ਨਹੀਂ ਹੈਗਾ ਕਿ ਉਹ ਪ੍ਰਧਾਨਗੀ ਦੇ ਉੱਤੇ ਉਂਗਲ ਉਠਾਉਣ। ਇਸ ਗੱਲ ਦੇ ਉੱਤੇ ਵੀ ਕਹਿੰਦੇ ਚਰਚਾਵਾਂ ਜਿਹੜੀਆਂ ਹੋਈਆਂ ਨੇ, ਜ਼ਰੂਰੀ ਨਹੀਂ ਕਿ ਤੁਸੀਂ ਆਪਣਾ ਘਰ ਬਚਾ ਲਿਆ ਅਤੇ ਬਾਕੀ ਪਾਰਟੀ ਜਿੱਧਰ ਤੋਂ ਮਰਜ਼ੀ ਜਾਵੇ। ਕਹਿੰਦੇ ਜਿਹੜੀ ਇਹ ਜਿਹੜਾ ਚਿੰਤਨ ਜਾਂ ਆਹ ਜਿਹੜਾ ਉਹਨਾਂ ਦਾ ਤਰਕ ਹੈ ਖਾਸ ਤੌਰ 'ਤੇ ਟਾਪ ਦੀ ਲੀਡਰਸ਼ਿਪ ਦਾ, ਇਹਦੇ ਉੱਤੇ ਵੀ ਵਿਚਾਰ ਚਰਚਾ ਜਿਹੜੀ ਕਹਿੰਦੇ ਹੋਈ ਆ, ਤਾਂ ਪਾਰਟੀ ਨੂੰ ਮਜ਼ਬੂਤ ਕਿਵੇਂ ਕਰਨਾ। ਨਾਲ ਹੀ ਨਾਲ ਇਹ ਵੀ ਗੱਲ ਚੱਲੀ ਕਿ ਜਦੋਂ ਬੀਤੇ ਸਮੇਂ ਦੇ ਵਿੱਚ 2022 ਦੇ ਜਾਂ 2019 'ਚ ਜਦੋਂ ਪਾਰਟੀ ਹਾਰਦੀ ਅਤੇ ਜਦੋਂ ਇਕਬਾਲ ਸਿੰਘ ਝੂੰਦਾ ਕਮੇਟੀ ਬਣਦੀ ਆ, ਤਾਂ ਉਸ ਕਮੇਟੀ ਦੀ ਜਿਹੜੀਆਂ ਸਿਫਾਰਿਸ਼ਾਂ ਨੇ ਉਹ ਅਜੇ ਤੱਕ ਲਾਗੂ ਕਿਉਂ ਨਹੀਂ ਕੀਤੀਆਂ ਗਈਆਂ? ਕਿਉਂਕਿ ਉਹ ਕਮੇਟੀ ਜਿਹੜੀ ਸੀ ਉਸ ਕਮੇਟੀ ਦੇ ਮੈਂਬਰਾਂ ਵੱਲੋਂ ਹਰ ਵਰਕਰ ਦੇ ਨਾਲ ਜਿਹੜੇ ਜਾ ਕੇ ਵਰਕਰ ਔਰ ਈਵਨ ਕਿ ਥੱਲੜੇ ਪੱਧਰ 'ਤੇ ਜਾ ਕੇ
ਪਾਰਟੀ ਦੇ ਵਰਕਰਾਂ ਦੀ ਜਿਹੜੀ ਗੱਲਬਾਤ ਆ ਜਾਂਚ ਉਹ ਕੀਤੀ ਗਈ, ਗੱਲਬਾਤ ਸੁਣੀ ਗਈ ਕਿ ਉਹ ਚਾਹੁੰਦੇ ਕੀ, ਉਹਨਾਂ ਮਨ ਦੀ ਗੱਲ ਫਰੋਲੀ ਗਈ। ਤਾਂ ਕਹਿੰਦੇ ਕਿ ਜਦੋਂ ਉਹ ਗੱਲ ਫਰੋਲੀ ਗਈ ਤਾਂ ਸਾਰਿਆਂ ਦੀ ਗੱਲ ਇਹ ਸੀ ਕਿ ਜਿਹੜੀ ਟੌਪ ਦੀ ਲੀਡਰਸ਼ਿਪ ਆ ਉਸਨੂੰ ਬਦਲ ਦਿੱਤਾ ਜਾਣਾ ਚਾਹੀਦਾ। ਪਰ ਕਹਿੰਦੇ ਇੰਨੇ ਚਿਰ ਹੋਣ ਤੋਂ ਮਗਰੋਂ ਵੀ ਉਹ ਰਿਪੋਰਟ ਜਿਹੜੀ ਆ ਅੱਜ ਤੱਕ ਜਨਤਕ ਨਹੀਂ ਹੋਈ ਤੇ ਨਾ ਹੀ ਉਸ ਰਿਪੋਰਟ ਤੇ ਕਦੇ ਕੋਈ ਚਰਚਾ ਹੋਈ ਆ, ਤੇ ਜਿਸ ਦਾ ਖਮਿਆਜਾ ਜਿਹੜਾ ਪਾਰਟੀ ਨੂੰ ਭੁਗਤਣਾ ਪੈ ਰਿਹਾ। ਹੁਣ ਸਿੱਧੂ ਸਾਹਿਬ ਗੱਲ ਇਹ ਆ ਕਿ ਇਹੋ ਜਿਹੀਆਂ ਜਿਹੜੀਆਂ ਮੀਟਿੰਗਾਂ ਨੇ ਇਹ ਬੀਤੇ ਸਮੇਂ ਦੇ ਵਿੱਚ ਵੀ ਬਹੁਤ ਹੋਈਆਂ। ਕੱਲ੍ਹ ਵੀ ਮੀਟਿੰਗ ਜਿਹੜੀ ਹੋਈ ਆ, ਤੁਹਾਨੂੰ ਯਾਦ ਹੋਊਗਾ ਕਿ ਉਸ ਤੋਂ ਪਹਿਲਾਂ ਵੀ ਇਹ ਮੀਟਿੰਗਾਂ ਰਵੀਕਰਨ ਕਾਹਲੋਂ ਦੇ ਘਰ ਵੀ ਮੀਟਿੰਗਾਂ ਆਰਗੇਨਾਈਜ਼ ਹੋਈਆਂ, ਲੁਧਿਆਣੇ ਦੇ ਵਿੱਚ ਵੀ ਮੀਟਿੰਗਾਂ ਹੋਈਆਂ, ਬਹੁਤ ਕੁਝ ਇਸ ਤਰ੍ਹਾਂ ਦਾ ਮੀਟਿੰਗਾਂ ਦਾ ਸਿਲਸਿਲਾ ਚੱਲਦਾ ਰਿਹਾ। ਪਰ ਅੱਜ ਤੱਕ ਕਦੇ ਵੀ ਇਹ ਜਿਹੜੀ ਲੀਡਰਸ਼ਿਪ ਜਿਹੜੀ ਮੀਟਿੰਗਾਂ ਕਰਦੀ ਆ ਇਹਦੇ 'ਚ ਇੰਨੀ ਹਿੰਮਤ ਦਿਖਾਈ ਨਹੀਂ ਦਿੰਦੀ ਕਿ ਜਾ ਕੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਕਹਿ ਸਕਣ ਕਿ ਹਾਂ ਵੀ ਤੁਸੀਂ ਲਾਂਭੇ ਹੋ ਜਾਓ ਜਾਂ। ਹੁਣ ਕਹਿੰਦੇ ਆ ਕਿ ਇਹਦੇ ਸੰਬੰਧੀ ਵੀ ਇੱਕ ਰਣਨੀਤੀ ਜਿਹੜੀ ਬਣਾਈ ਜਾ ਰਹੀ ਆ ਕਿ ਜਿਹੜੇ 5-7 ਜਿਹੜੇ ਟੌਪ ਦੇ ਲੀਡਰ ਨੇ, ਸੀਨੀਅਰ ਲੀਡਰ ਨੇ, ਉਹ ਇਕੱਠੇ ਹੋ ਕੇ ਜਾ ਕੇ ਗੱਲਬਾਤ ਕਰਨ ਕਿ ਪ੍ਰਧਾਨ ਸਾਹਿਬ ਜੇ ਤਾਂ ਪਾਰਟੀ ਨੂੰ ਬਚਾਉਣਾ ਤਾਂ ਫਿਰ ਇਸ ਦੀ ਲੀਡਰਸ਼ਿਪ ਜਿਹੜੀ ਆ ਪ੍ਰਧਾਨਗੀ ਜਿਹੜੀ ਉਹ ਬਦਲ ਦਿੱਤੀ ਜਾਣੀ ਹੈ। ਹੁਣ ਦੂਸਰੇ ਪਾਸੇ ਇਹ ਵੀ ਕਹਿੰਦੇ ਸਵਾਲ ਹੈਗਾ ਕਿ ਜੇਕਰ ਪ੍ਰਧਾਨਗੀ ਨਹੀਂ ਬਦਲਣਾ ਫਿਰ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਟੌਪ ਦੀ ਉਸਨੂੰ ਵੀ ਬਦਲਿਆ ਜਾਣਾ ਚਾਹੀਦਾ। ਸੋ ਇਹੋ ਜਿਹੀਆਂ ਜਿਹੜੀਆਂ ਸਥਿਤੀਆਂ ਨੇ ਸੁਖਵਿੰਦਰ ਜੀ, ਇਹ ਖਾਸ ਤੌਰ ਤੇ ਅਕਾਲੀ ਦਲ ਵਾਸਤੇ ਅਸੀਂ ਕਹਿ ਸਕਦੇ ਘਾਤਕ ਸਿੱਧ ਹੋ ਰਹੀਆਂ, ਕਿਉਂਕਿ ਇੱਕ ਪਾਸੇ ਤਾਂ ਤੁਸੀਂ ਪ੍ਰਧਾਨ ਦੀ ਬੋਲੇ ਹੋ ਗਏ ਜਾਂ ਪ੍ਰਧਾਨ ਤੋਂ ਸਾਈਡ ਤੇ ਹੋ ਕੇ ਤੁਸੀਂ ਮੀਟਿੰਗਾਂ ਕਰਦੇ ਜੇ, ਮੀਟਿੰਗਾਂ ਦੇ ਵਿੱਚ ਬਹੁਤ ਕੁਝ ਇਹੋ ਜਿਹੀਆਂ ਚਰਚਾਵਾਂ ਹੁੰਦੀਆਂ ਨੇ ਕਿ ਹਾਂ ਵੀ ਇਹ ਹੋ ਜਾਣਾ ਉਹ ਹੋ ਜਾਣਾ ਚਾਹੀਦਾ, ਪਰ ਜਦੋਂ ਤੁਸੀਂ ਪ੍ਰਧਾਨ ਦੇ ਸਾਹਮਣੇ ਜਾਂਦੇ ਜੇ ਉਦੋਂ ਤੁਹਾਨੂੰ ਕੋਈ ਗੱਲਬਾਤ ਹੀ ਨਹੀਂ ਹੁੰਦੀ। ਬੀਤੇ ਦਿਨ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਹੈ, ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਕਿਹਾ ਕਿ ਠੀਕ ਆ ਵੀ ਤੁਸੀਂ ਵੇਖ ਲਓ ਜੇ ਕਿਸੇ ਨੂੰ ਕੋਈ ਇਤਰਾਜ਼ ਹੈਗਾ ਤੇ ਅੱਗੇ ਆ ਜਾਓ ਮੈਂ ਸਾਈਡ ਤੇ ਹੋ ਜਾਂਦਾ, ਉਹਨਾਂ ਨੇ ਬੜੇ ਕਹਿੰਦੇ ਉੱਥੇ ਤਰਕ ਜਿਹੜੇ ਦਿੱਤੇ, ਪਰ ਉਸ ਕਮੇਟੀ 'ਚ ਤਾਂ ਫਿਰ ਕਹਿੰਦੇ ਕੋਈ ਵੀ ਨਹੀਂ ਬੋਲਿਆ। ਤੇ ਜਦੋਂ ਫਿਰ ਉਹਨਾਂ ਦੀ ਪ੍ਰਧਾਨਗੀ ਦੇ ਸੰਬੰਧੀ ਇੱਕ ਪ੍ਰੈਸ ਨੋਟ ਜਾਰੀ ਹੋ ਜਾਂਦਾ ਫਿਰ ਪ੍ਰੇਮ ਸਿੰਘ ਚੰਦੂ ਮਾਜਰਾ ਬਾਹਰ ਆਣ ਕੇ ਬੋਲਦੇ ਆ। ਸੋ ਕਹਿਣ ਦਾ ਅਰਥ ਇਹ ਹੈ ਕਿ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਪਾਰਟੀ ਦੇ ਵਿੱਚ ਜਾਂ ਪਾਰਟੀ ਦੀ ਇਹ ਜਿਹੜੀ ਲੀਡਰਸ਼ਿਪ ਜਿਹੜੀ ਇਕੱਠੀ ਹੋਈ ਆ ਇਹਦੇ ਵਿੱਚ ਅਜੇ ਇੰਨੀ ਜ਼ੋਰ ਤਾਂ ਲੱਗਦੀ ਨਹੀਂ ਕਿ ਸੁਖਬੀਰ ਸਿੰਘ ਬਾਦਲ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਇਹ ਗੱਲ ਕਹਿ ਸਕਣ ਕਿ ਹਾਂ ਵੀ ਤੁਸੀਂ ਪ੍ਰਧਾਨਗੀ ਛੱਡ ਕੇ ਸਾਈਡ ਤੋਂ ਜਦੋਂ ਅਸੀਂ ਅਕਾਲੀ ਦਲ ਜਿਹੜਾ ਚਲਾਉਣਾ ਹੈਗਾ। ਔਰ ਵੱਡਾ ਪ੍ਰਸ਼ਨ ਸਿੱਧੂ ਸਾਹਿਬ ਇਹ ਵੀ ਆ ਕਿ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਅਗਰ ਵੇਖਿਆ ਜਾਵੇ ਤਾਂ ਅਕਾਲੀ ਦਲ ਦਾ ਫਿਰ ਦੂਸਰਾ ਬਦਲ ਕੌਣ ਹੋ ਸਕਦਾ, ਇਹ ਵੀ ਇੱਕ ਤ੍ਰਾਸਦੀ ਜਿਹੜੀ ਆ ਚੱਲਦੀ ਪਈ ਤੇ ਸ਼ਾਇਦ ਇਸੇ ਹੀ ਕਾਰਨ ਇਹ ਜਿਹੜੀ ਲੀਡਰਸ਼ਿਪ ਮੀਟਿੰਗਾਂ ਕਰਦੀ ਆ ਪਰ ਕਿਸੇ ਸਿੱਟੇ ਤੇ ਪਹੁੰਚ ਨਹੀਂ ਪਾਉਂਦੀ, ਕਿਉਂਕਿ ਜੋ ਮਰਜ਼ੀ ਹੋ ਜਾਵੇ ਜਿੰਨਾ ਚਿਰ ਤੱਕ ਬਾਦਲ ਪਰਿਵਾਰ ਦਾ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਪਰਿਵਾਰ ਦਾ ਨਾਮ ਜੁੜਿਆ ਸੁਖਵਿੰਦਰ ਜੀ, ਉਹਨਾਂ ਚਿਰ ਤੇ ਇਹ ਗੱਲ ਜਿਹੜੀ ਨਾ ਕਿਆ ਸਰਾਈਆਂ ਲਾਉਣੀਆਂ ਅਸੀਂ ਕਹਿ ਸਕਦੇ ਕਿ ਗਲਤੀ ਆ ਕਿ ਹਾਂ ਵੀ ਬਾਦਲ ਤੋਂ ਬਿਨਾਂ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਅਕਾਲੀ ਦਲ ਚੱਲ ਸਕਦਾ, ਕਿਉਂਕਿ ਉਹਨਾਂ ਨੇ ਵੱਡੇ ਬਾਦਲ ਸਾਹਿਬ ਨੇ ਅਸੀਂ ਕਹਿ ਸਕਦੇ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦੂਜੀ ਕਤਾਰ ਦਾ ਨੇਤਾ ਹੀ ਜਿਹੜਾ ਉਹ ਪੈਦਾ ਨਹੀਂ ਹੋਣ ਦਿੱਤਾ। ਠੀਕ ਆ ਪ੍ਰੇਮ ਸਿੰਘ ਚੰਦੂ ਮਾਜਰਾ ਇਹੋ ਜਿਹੇ ਨਾਂ ਹਨ, ਪਰ ਤੁਸੀਂ ਦੇਖ ਲਓ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਕਿਹੜਾ ਲੀਡਰ ਹੈ ਜਿਸ ਦਾ ਨਾਮ ਲਿਆ ਜਾ ਸਕਦਾ ਜਿਹੜਾ ਪਾਰਟੀ ਨੂੰ ਚਲਾ ਸਕਦਾ। ਇਹ ਗੱਲ ਬਹੁਤ ਸਾਰੇ ਲੋਕ ਵੀ ਕਹਿ ਦਿੰਦੇ ਆ ਅਣਖ ਸਾਹਿਬ, ਇਹੀ ਗੱਲ ਬਹੁਤੇ ਲੋਕ ਕਹਿ ਦਿੰਦੇ ਆ ਕਿ ਚਲੋ ਮੰਨ ਲਓ ਸੁਖਬੀਰ ਸਿੰਘ ਬਾਦਲ ਨੂੰ ਪਾਸੇ ਕਰ ਦਿੰਦੇ, ਦੂਜਾ ਉਸ ਤੋਂ ਬਾਅਦ ਕਿਹੜਾ ਲੀਡਰ ਹੈ, ਕਿਉਂਕਿ ਜੇਕਰ ਬਿਕਰਮ ਸਿੰਘ ਮਜੀਠੀਏ ਨੂੰ ਕਹਿੰਦੇ ਪ੍ਰਧਾਨਗੀ ਦਿੰਦੇ ਆ ਤਾਂ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਲਓ ਜੀ ਪਰਿਵਾਰਕ ਮੈਂਬਰਾਂ ਨੂੰ ਹੀ ਦੇਤੀ ਹੈ, ਪਰ ਕਹਿੰਦੇ ਚਲੋ ਜੇ ਸੁਖਬੀਰ ਨੂੰ ਪਾਸੇ ਕਰ ਵੀ ਦਈਏ ਤੁਸੀਂ ਦੱਸੋ ਫਿਰ ਪ੍ਰਧਾਨਗੀ ਦਿੱਤੀ ਕਿਹੜੀ ਹੋ ਜਾਵੇ, ਦੂਜਾ ਲੀਡਰ ਹੈ ਕਿਹੜਾ ਅਕਾਲੀ ਦਲ ਦੇ ਅੰਦਰ। ਸੁਖਵਿੰਦਰ ਜੀ ਇਹੋ ਹੀ ਮਹੱਤਵਪੂਰਨ ਪ੍ਰਸ਼ਨ ਆ ਤੇ ਇਸੇ ਹੀ ਕਾਰਨ ਇਹ ਜਿਹੜੇ ਲੀਡਰ ਨੇ ਚਾਹੇ ਪ੍ਰੇਮ ਸਿੰਘ ਚੰਦੂ ਮਾਜਰਾ, ਬਲਵਿੰਦਰ ਸਿੰਘ ਪੂੰਦੜ, ਸਿਕੰਦਰ ਮਲੂਕਾ ਜਾਂ ਹੋਰ ਜਿੰਨੇ ਵੀ ਸੀਨੀਅਰ ਲੀਡਰਸ਼ਿਪ ਆ, ਅੱਜ ਇਹਨਾਂ ਦੇ ਵਿੱਚ ਉਹ ਲੀਡਰਸ਼ਿਪ ਵਾਲੀ ਗੱਲ ਹੈ ਨਹੀਂ ਕਿ ਪਾਰਟੀ ਨੂੰ ਲੀਡ ਕਰ ਸਕਣ, ਤਾਂ ਇਸੇ ਕਾਰਨ ਮੀਟਿੰਗਾਂ ਤਾਂ ਜ਼ਰੂਰ ਕਰ ਲੈਂਦੇ ਆ, ਪਰ ਜਦੋਂ ਅੱਗੋਂ ਅਗਲੇ ਕਹਿੰਦੇ ਆ ਕਿ ਹਾਂ ਵੀ ਤੁਸੀਂ ਦੱਸੋ ਫਿਰ ਕਹੋ ਤਾਂ ਫਿਰ ਸਾਰੇ ਚੁੱਪ ਕਰ ਜਾਂਦੇ ਆ, ਕਿਉਂਕਿ ਸ਼ਾਇਦ ਉਹ ਲੀਡਰਸ਼ਿਪ ਦੀ ਕੁਆਲਿਟੀ ਇਹਨਾਂ 'ਚ ਹੈ ਜ਼ਰੂਰ ਆ ਪਰ ਉਹ ਪਣਪ ਨਹੀਂ ਸਕੇ। ਮੈਂ ਬੀਤੇ ਦੇ ਇਤਿਹਾਸ ਦੀ ਗੱਲ ਕਰਨਾ ਸੁਖਵਿੰਦਰ ਜੀ, ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਗੁਰਚਰਨ ਸਿੰਘ ਟੌਰਾ, ਜਗਦੇਵ ਸਿੰਘ ਤਲਵੰਡੀ ਇਹ ਟੌਪ ਦੇ ਅਕਾਲੀ ਲੀਡਰ ਸਨ ਜਿਨ੍ਹਾਂ ਦੇ ਨਾਲ ਕੇਂਦਰ ਸਰਕਾਰ ਵੀ ਗੱਲ ਕਰਨ ਲੱਗਿਆ ਕੰਬਦੀ ਸੀ,
ਪਰ ਤੁਸੀਂ ਅੱਜ ਦੱਸੋ ਕਿ ਅੱਜ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਅਕਾਲੀ ਦਲ 'ਚ ਕੋਈ ਨੇਤਾ ਹੀ ਕੋਈ ਏਦਾਂ ਦਾ ਨਹੀਂ ਹੈਗਾ। ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਸ਼ਾਇਦ, ਮੈਂ ਇਹ ਗੱਲ ਲੱਗਾ ਸ਼ਾਇਦ, ਕਿ ਆਪਣੇ ਬੇਟੇ ਦਾ ਰਾਹ ਪੱਧਰਾ ਕਰਨ ਵਾਸਤੇ ਕੋਈ ਲੀਡਰਸ਼ਿਪ ਪੈਦਾ ਹੀ ਨਹੀਂ ਹੋਣ ਦਿੱਤੀ ਕਿ ਹਾਂ ਵੀ ਜਿਹੜਾ ਮੁਕਾਬਲਾ ਜਿਹੜਾ ਦੇ ਸਕੇ। ਤੇ ਸ਼ਾਇਦ ਅਕਾਲੀ ਦਲ ਦੀ ਤ੍ਰਾਸਦੀ ਵੀ ਇਹੋ ਆ ਕਿ ਉਹਦੇ ਕੋਲ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਕੋਈ ਨੇਤਾ ਹੈ ਹੀ ਨਹੀਂ ਕਿ ਜਿਹੜਾ ਪਾਰਟੀ ਨੂੰ ਚਲਾ ਸਕੇ। ਵੱਖਰੀ ਗੱਲ ਆ ਕਿ ਇਹ ਨੇਤਾ ਗੱਲਾਂ ਬਾਤਾਂ ਕਰਦੇ ਆ, ਗਰੁੱਪ ਧੜੇਬਾਜ਼ੀ ਨੂੰ ਪੈਦਾ ਕਰਦੇ ਆ, ਪਾਰਟੀ ਅੰਦਰ ਰਹਿ ਕੇ ਜਾਂ ਪਾਰਟੀ ਦੇ ਬਾਹਰ ਆਣ ਕੇ ਇਹੋ ਜਿਹੀਆਂ ਮੀਟਿੰਗਾਂ ਕਰਦੇ ਆ, ਪਰ ਉਹਨਾਂ ਕੋਲ ਵੀ ਇਹਦਾ ਬਦਲ ਜਿਹੜਾ ਪ੍ਰਧਾਨਗੀ ਦਾ ਬਦਲ ਨਹੀਂ। ਇੰਨੀ ਗੱਲ ਜ਼ਰੂਰ ਕਹਿ ਦਿੰਦੇ ਆ ਕਿ ਲੀਡਰਸ਼ਿਪ ਬਦਲ ਦੇਵੋ, ਫਿਰ ਅੱਗੇ ਕਹੋ। ਇਸ ਗੱਲ ਦਾ ਜਵਾਬ ਇਹਨਾਂ ਲੀਡਰਾਂ ਕੋਲ ਵੀ ਨਹੀਂ ਆ, ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਸ਼੍ਰੋਮਣੀ ਅਕਾਲੀ ਦਲ ਦਿਨ ਬ ਦਿਨ ਹਾਸ਼ੀਏ ਤੋਂ ਬਾਹਰ ਹੁੰਦਾ ਜਾ ਰਿਹਾ, ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਕੋਈ ਖਤਰਾ ਨਹੀਂ। ਦੂਜੇ ਪਾਸੇ ਇਹ ਜਿਹੜੇ ਲੀਡਰ ਨੇ ਜਿਹੜੇ ਇਕੱਠੇ ਹੁੰਦੇ ਨੇ, ਇਹਨਾਂ 'ਚ ਇੰਨਾ ਦਮ ਨਹੀਂ ਕਿ ਪਾਰਟੀ ਨੂੰ ਲੀਡ ਕਰ ਸਕਣ। ਤੁਸੀਂ ਗੱਲ ਮੇਰੀ ਸ਼ਾਇਦ ਦੂਸਰੇ ਪਾਸੇ ਚਲੀ ਜਾਵੇ, ਤੁਸੀਂ ਇਹ ਦੇਖ ਲਓ ਕਿ ਉੱਪਰ ਕਾਂਗਰਸ ਪਾਰਟੀ ਦੇ ਵਿੱਚ ਵੀ ਰੌਣਾ ਪੈਂਦਾ ਰਿਹਾ ਕਿ ਇਹ ਪਰਿਵਾਰ ਪਰਿਵਾਰਵਾਦ ਪਰਿਵਾਰਵਾਦ। ਅਗਲਿਆਂ ਨੇ ਇੱਕ ਡੰਮੀ ਕੈਂਡੀਡੇਟ ਮਲਕਾਰਾਜਨ ਖੜਗੇ ਨੂੰ ਪ੍ਰਧਾਨ ਬਣਾਤਾ, ਅਸਰ ਕੁਮਾਰ ਜਿਹੜੀ ਆ ਉਹ ਆਪਣੇ ਹੱਥੀ ਰੱਖੀ, ਤੇ ਚਲੋ ਇੱਕ ਕਿਸਮ ਦਾ ਦਾਗ ਜਿਹੜਾ ਧੋਤਾ ਗਿਆ। ਅਕਾਲੀ ਦਲ ਦੇ ਵਿੱਚ ਵੀ ਜਿਹੜੀ ਅਜਿਹੀ ਸਥਿਤੀ ਜਿਹੜੀ ਹੈ ਫਿਲਹਾਲ ਤੱਕ ਨਜ਼ਰ ਆ ਰਹੀ, ਜਹਾਂ ਸੁਖਬੀਰ ਸਿੰਘ ਬਾਦਲ ਦੀ ਜੇਕਰ ਪ੍ਰਧਾਨਗੀ ਤੋਂ ਸਵਾਲ ਉੱਠਦੇ ਤਾਂ ਉਹਨਾਂ ਨੂੰ ਸਲਾਹਕਾਰਾਂ ਨੂੰ ਇਹ ਜ਼ਰੂਰ ਕਹਿ ਦੇਣਾ ਚਾਹੀਦਾ ਕਿ ਪ੍ਰਧਾਨ ਜੀ ਇਹ ਜਿਹੜਾ ਵਿਰੋਧ ਹੋ ਰਿਹਾ, ਇਸਨੂੰ ਸ਼ਾਂਤ ਕਰਨ ਵਾਸਤੇ ਕੋਈ ਤਰੀਕਾ ਕਿ ਕੋਈ ਆਪਣਾ ਖਾਸਮ ਖਾਸ ਤੁਸੀਂ ਲਾ ਦਿਓ ਤੇ ਉਹਦੇ ਆਧਾਰ 'ਤੇ ਜਿਹੜਾ ਕੰਮ ਚੱਲਦਾ ਜਾਵੇ। ਪਰ ਸ਼ਾਇਦ ਇਹ ਵੀ ਗੱਲ ਜਿਹੜੀ ਕਹਿਣ ਦੀ ਹਿੰਮਤ ਜਿਹੜੀ ਆ ਸੁਖਵਿੰਦਰ ਜੀ ਕਿਸੇ ਲੀਡਰ 'ਚ ਨਹੀਂ ਹੈਗੀ, ਕਿਉਂਕਿ ਉਹਨਾਂ ਨੇ ਇਹ ਗੱਲ ਜਾਣ ਚੁੱਕੇ ਆ ਕਿ ਜਦੋਂ ਇੱਕ ਵਾਰੀ ਪ੍ਰਕਾਸ਼ ਸਿੰਘ ਬਾਦਲ ਨੂੰ ਗੁਰਚਰਨ ਸਿੰਘ ਟਾਊਨ ਆਫ ਨੇ ਸਲਾਹ ਦਿੱਤੀ ਸੀ ਕਿ ਹਾਂ ਭਈ ਤੁਸੀਂ ਪਾਰਟੀ ਦਾ ਪ੍ਰਧਾਨ ਕੋਈ ਹੋਰ ਬਣਾ ਦਿਓ, ਤਾਂ ਫਿਰ ਜਥੇਦਾਰ ਗੁਰਚਰਨ ਸਿੰਘ ਟਾਊਨ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਤਰ੍ਹਾਂ ਹੀ ਛਾਂਗਿਆ ਕਿ ਉਹ ਅਖੀਰ 'ਤੇ ਉਮਰ ਦੇ ਅਖੀਰਲੇ ਦੌਰ ਵਿੱਚ ਵੀ ਉਹ ਸਟੈਂਡ ਨਹੀਂ ਸਨ ਹੋ ਪਾਏ। ਸੋ ਪਾਰਟੀ ਦੇ ਉੱਤੇ ਜਿਹੜਾ ਕਬਜ਼ਾ ਆ ਇਸ ਵੇਲੇ ਬਾਦਲ ਪਰਿਵਾਰ ਦਾ ਹੈਗਾ, ਤੇ ਬਾਦਲ ਪਰਿਵਾਰ ਦਾ ਕਬਜ਼ਾ ਜਿਹੜਾ ਪਾਰਟੀ ਨੂੰ ਹਾਸ਼ੀਏ ਤੋਂ ਬਾਹਰ ਖੜਦਾ ਪਿਆ। ਲੀਡਰਸ਼ਿਪ ਠੀਕ ਆ, ਪਾਰਟੀ ਦੀ ਸੀਨੀਅਰ ਲੀਡਰ ਮੀਟਿੰਗਾਂ ਕਰਦੇ ਆ, ਪਰ ਉਹਨਾਂ ਕੋਲ ਵੀ ਬਦਲ ਜਿਹੜਾ ਨਹੀਂ ਹੈਗਾ। ਮੀਟਿੰਗਾਂ ਬੀਤੇ ਦੌਰ 'ਚ ਵੀ ਹੁੰਦੀਆਂ ਰਹੀਆਂ, ਕੱਲ੍ਹ ਵੀ ਮੀਟਿੰਗ ਹੋਈ ਆ। ਹੁਣ ਦੇਖੋ ਕਿ ਜੇਕਰ ਜਲੰਧਰ ਦੀ ਜਿਮਨੀ ਚੋਣ ਅਕਾਲੀ ਦਲ ਖਾਸ ਸ਼ਾਨਦਾਰ ਪ੍ਰਦਰਸ਼ਨ ਕਰ ਪਾਉਂਦਾ, ਮੈਂ ਜਿੱਤਦਾ ਵੀ ਕਹਿ ਸਕਦਾ, ਜੇ ਸ਼ਾਨਦਾਰ ਪ੍ਰਦਰਸ਼ਨ ਕਰ ਪਾਉਂਦਾ, ਆਪਣੀ ਜਮਾਨਤ ਬਚਾ ਪਾਉਂਦਾ, ਤਾਂ ਫਿਰ ਇਹ ਲੀਡਰ ਜਿਹਨਾਂ ਦੀ ਡਿਊਟੀ ਲੱਗੀ ਆ, ਇਹ ਫਿਰ ਸ਼ਾਇਦ ਇੰਨੇ ਕੁ ਸਮਰੱਥ ਹੋ ਜਾਣਗੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾਂ ਨੂੰ ਕਹਿਣ ਦੇ ਕਿ ਹਾਂ ਭਾਈ ਅਸੀਂ ਇਹ ਕੁਝ ਕਰਕੇ ਵਿਖਾਇਆ, ਹੁਣ ਤੁਸੀਂ ਦੱਸੋ ਕਿ ਅਗਲੀ ਜਿਮਨੀ ਚੋਣਾਂ 'ਚ ਤੁਹਾਡੀ ਕੀ ਭੂਮਿਕਾ ਹੁੰਦੀ ਆ। ਸੋ ਇਹ ਮੀਟਿੰਗ ਔਰ ਜਲੰਧਰ ਦੀ ਜਿਮਨੀ ਚੋਣ ਅਕਾਲੀ ਦਲ ਦੇ ਭਵਿੱਖ ਨੂੰ, ਸੁਖਵਿੰਦਰ ਜੀ ਜ਼ਰੂਰ ਮਾਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਭਵਿੱਖ ਨੂੰ ਜ਼ਰੂਰ ਤੈਅ ਕਰ ਸਕਦੀ ਹੈ ਜੀ। ਇਹ ਵੀ ਜਿਮਨੀ ਚੋਣ ਔਰ ਆਉਣ ਵਾਲੀਆਂ ਵੀ ਜਿਮਨੀ ਚੋਣਾਂ, ਜੇਕਰ ਇਹ ਜਿਮਨੀ ਚੋਣ ਦੇ ਵਿੱਚ ਅਕਾਲੀ ਦਲ ਨੂੰ ਆਪ ਨੂੰ ਵੀ ਬਹੁਤੀ ਆਸ ਜਿਹੜੀ ਆ ਹੋਣੀ ਨਹੀਂ, ਪਰ ਆਉਣ ਵਾਲੀਆਂ ਜਿਹੜੀਆਂ ਚਾਰ ਜਿਮਨੀ ਚੋਣਾਂ ਨੇ ਉਹ ਸੁਖਬੀਰ ਸਿੰਘ ਬਾਦਲ ਦੀਆਂ ਜਿਹੜੀਆਂ ਉਹ ਭਵਿੱਖ ਤੈਅ ਕਰੇਗੀ। ਆਉਣ ਵਾਲੀਆਂ ਚਾਰ ਜਿਮਨੀ ਚੋਣਾਂ, ਚਾਹੇ ਉਹ ਗਿੱਦੜਬਾਹੇ ਦੀ ਆ, ਚਾਹੇ ਉਹ ਬਰਨਾਲੇ ਦੀ ਆ, ਚਾਹੇ ਉਹ ਡੇਰਾ ਬਾਬਾ ਨਾਨਕ ਦੀ ਆ, ਚਾਹੇ ਉਹ ਚੱਬੇਵਾਲ ਦੀ ਹੈ, ਇਹ ਚਾਰ ਜਿਮਨੀ ਚੋਣਾਂ ਜਿਹੜੀਆਂ ਸੁਖਬੀਰ ਸਿੰਘ ਬਾਦਲ ਦਾ ਮੈਨੂੰ ਲੱਗਦਾ ਭਵਿੱਖ ਤੈਅ ਕਰਨਗੀਆਂ। ਕਿਉਂਕਿ ਜੇਕਰ ਸੁਖਬੀਰ ਸਿੰਘ ਬਾਦਲ ਇਹਨਾਂ ਚਾਰਾਂ ਜਿਮਨੀ ਚੋਣਾਂ ਦੇ ਵਿੱਚ ਵੀ ਹਾਰ ਜਾਂਦੇ ਆ ਤਾਂ ਮੈਨੂੰ ਲੱਗਦਾ ਕਿ ਸੁਖਬੀਰ ਦੀ ਪ੍ਰਧਾਨਗੀ ਜਿਹੜੀ ਆ ਬਚਾਉਣੀ ਬਹੁਤ ਔਖੀ ਹੋ ਜਾਣੀ ਹੈ। ਔਰ ਮੈਨੂੰ ਲੱਗਦਾ ਕਿ ਇਸ ਪ੍ਰਧਾਨਗੀ ਨੂੰ ਬਚਾਉਣ ਦੇ ਲਈ ਖੁਦ ਸੁਖਬੀਰ ਸਿੰਘ ਬਾਦਲ ਨੂੰ ਮੈਦਾਨ ਦੇ ਵਿੱਚ ਨਿਤਰਨਾ ਪਊਗਾ। ਮੈਨੂੰ ਲੱਗਦਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਤੋਂ ਖੁਦ ਲੜਦੇ ਆ ਔਰ ਬਿਕਰਮ ਮਜੀਠੀਆ ਨੂੰ ਜੇਕਰ ਡੇਰਾ ਬਾਬਾ ਨਾਨਕ ਤੋਂ ਲੜਾ ਦਿੰਦੇ ਆ ਤੇ ਪਰਮਿੰਦਰ ਢੀਂਡਸਾ ਨਾਲ ਜਿਹੜੇ ਗਿਲੇ ਸ਼ਿਕਵੇ ਖਤਮ ਕਰਕੇ ਉਹਨਾਂ ਨੂੰ ਬਰਨਾਲਾ ਤੋਂ ਲੜਾ ਦਿੰਦੇ ਆ, ਇਹ ਤਿੰਨ ਸੀਟਾਂ ਤੇ ਪੂਰੀ ਟੱਕਰ ਦੇ ਵਿੱਚ ਅਕਾਲੀ ਦਲ ਜਿਹੜਾ ਅਣਖੀ ਸਾਹਿਬ ਆ ਜਾਊਗਾ। ਔਰ ਕਿਤੇ ਨਾ ਕਿਤੇ ਸੁਖਬੀਰ ਇੱਕ ਤਕੜੀ ਟੱਕਰ ਦੇਣ ਤੋਂ ਬਾਅਦ ਪ੍ਰਧਾਨਗੀ ਵੀ ਬਚਾਉਣ ਦੇ ਵਿੱਚ ਆਪਣੇ ਖਿਲਾਫ਼ ਉੱਠੀ ਬਗਾਵਤ ਨੂੰ ਨੱਪਣ ਦੇ ਵਿੱਚ ਜਿਹੜੀ ਆ ਉਹ ਜ਼ਰੂਰ ਚੰਗੇ ਸਾਬਤ ਹੋ ਸਕਦੇ ਆ ਅਣਖੀ ਸਾਹਿਬ, ਕਿਉਂਕਿ ਗਿੱਦੜਬਾਹਾ ਦੇ ਵਿੱਚ ਰਾਜਾ ਵੜਿੰਗ ਮਸਾਂ 11-12 ਸੌ ਵੋਟਾਂ ਨਾਲ ਜਿੱਤੇ ਸੀ। ਤੇ ਜੇਕਰ ਉੱਥੇ ਸੁਖਬੀਰ ਖੁਦ ਚੜ ਜਾਂਦੇ ਆ ਤਾਂ ਉੱਥੇ ਸਥਿਤੀਆਂ ਬਹੁਤ ਮਤਲਬ ਸੁਖਾਵੀਆਂ ਹੋ ਸਕਦੀਆਂ ਅਕਾਲੀ ਦਲ ਵਾਸਤੇ, ਕਿਉਂਕਿ
ਹੁਣ ਰਾਜਾ ਵੜਿੰਗ ਖੁਦ ਤਾਂ ਉੱਥੋਂ ਲੜ ਨਹੀਂ ਸਕਦੀ, ਔਰ ਦੂਜੇ ਪਾਸੇ ਉਹ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਵੀ ਉਹ ਵੀ ਜਿਹੜੇ ਉੱਥੋਂ 400-450 ਵੋਟ ਤੇ ਜਿੱਤੇ ਸੀਗੇ, ਤੇ ਜੇਕਰ ਉੱਥੇ ਵਿਕਰਮ ਮਜੀਠੀਆ ਚਲੇ ਜਾਂਦੇ ਆ ਤਾਂ ਉਹ ਵੀ ਉੱਥੇ ਸਖ਼ਤ ਟੱਕਰ ਜਿਹੜੀ ਆ ਉਹ ਦੇ ਸਕਦੇ ਆ। ਪਰਮਿੰਦਰ ਹੋਣਾ ਦਾ ਆਪਣਾ ਇਧਰਲੇ ਪਾਸੇ ਚ ਆਧਾਰ ਚਲੋ ਜਿਹੜਾ ਹੈਗਾ ਹੈਗਾ ਹੀ ਆ, ਮਤਲਬ ਇਸ ਤਰੀਕੇ ਦੇ ਨਾਲ ਸੁਖਬੀਰ ਨੂੰ ਬਚਾਈ ਜਾ ਸਕਦੀ ਆ ਕੁਰਸੀ, ਜੇਕਰ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਚੋਣ ਮੈਦਾਨ ਦੇ ਵਿੱਚ ਨਿਤਰ ਕੇ ਤਕੜੀ ਟੱਕਰ ਦੇਣ ਦੇ ਵਿੱਚ ਸਫਲ ਹੋ ਜਾਂਦੇ ਤਾਂ ਪ੍ਰਧਾਨਗੀ ਵੱਧ ਜਾਏਗੀ, ਅਦਰਵਾਈਜ਼ ਮੈਨੂੰ ਲੱਗਦਾ ਕਿ ਸੁਖਬੀਰ ਲਈ ਪ੍ਰਧਾਨਗੀ ਬਚਾਉਣੀ ਸੌਖੀ ਨਹੀਂ ਅਣਖੀ ਸਾਹਿਬ। ਬਿਲਕੁਲ ਸੁਖਵਿੰਦਰ ਜੀ, ਜਿਹੜੀਆਂ ਸਥਿਤੀਆਂ ਤੁਸੀਂ ਬਿਆਨ ਕੀਤੀਆਂ ਨੇ, ਅਗਰ ਉਹਨਾਂ ਸਥਿਤੀਆਂ ਦੇ ਵੇਖਿਆ ਜਾਵੇ ਗੰਭੀਰਤਾ ਨਾਲ ਤਾਂ ਟੱਕਰ ਅਕਾਲੀ ਦਲ ਦੇ ਸਕਦਾ। ਬਾਕੀ ਸਿੱਧੂ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਰਾਜਾ ਵੜਿੰਗ ਦੀ ਔਰ ਸੁਖਜਿੰਦਰ ਸਿੰਘ ਰੰਧਾਵੇ ਦੀ ਗੱਲ ਕੀਤੀ ਆ, ਸੁਖਜਿੰਦਰ ਜੀ ਅੱਜ ਆਪਣੇ ਸਿੱਧੂ ਸਾਹਿਬ ਅੱਜ ਦੇ ਸਮੇਂ 'ਚ ਉਹ ਸਥਿਤੀਆਂ ਹੁਣ ਹੈ ਨਹੀਂ, ਕਿਉਂਕਿ ਜਿੱਥੇ ਜਿੱਥੇ ਰਾਜਾ ਵੜਿੰਗ ਜਾਂ ਸੁਖਜਿੰਦਰ ਸਿੰਘ ਰੰਧਾਵਾ, ਜਿਹੜੀਆਂ ਇਹ ਕਾਂਗਰਸ ਦੀਆਂ ਸੀਟਾਂ ਨੇ, ਸੁਖਜਿੰਦਰ ਸਿੰਘ ਰੰਧਾਵਾ ਵੀ ਬੀਤੇ 2 ਵਾਰ ਲਗਾਤਾਰ ਜਿੱਤੇ ਆ ਤੇ ਹੁਣ ਰਾਜਾ ਵੜਿੰਗ ਵੀ ਉੱਥੋਂ 2 ਵਾਰ ਜਿੱਤੇ ਆ, ਤਾਂ ਹੁਣ ਜਿਹੜਾ ਮੁਕਾਬਲਾ ਸੁਖਵਿੰਦਰ ਜੀ, ਹੁਣ 5 ਖੂਨੀ ਮੁਕਾਬਲਾ ਜਾਂ 4 ਖੂਨੀ ਮੁਕਾਬਲਾ ਤਾਂ ਹੈ ਹੀ ਹੈ, ਤੇ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣੀ ਉੱਥੋਂ ਗਿੱਦੜਬਾਹ ਤੋਂ ਨਿਤਰਦੇ ਆ ਤੇ ਦੂਸਰੇ ਬੰਨੇ ਡੇਰਾ ਬਾਬਾ ਨਾਨਕ ਤੋਂ ਬਿਕਰਮ ਸਿੰਘ ਮਜੀਠੀਆ ਨਿਤਰਦੇ ਆ, ਤਾਂ ਸਿੱਧੂ ਸਾਹਿਬ ਇਹ ਲੜਾਈ ਜਿਹੜੀ ਆ ਬੜੀ ਸਖ਼ਤ ਲੜਾਈ ਜਿਹੜੀ ਹੋ ਸਕਦੀ, ਸਥਿਤੀਆਂ ਸੁਖਾਵੀਆਂ ਜਿਹੜੀਆਂ ਉਹ ਨਹੀਂ ਹੋ ਸਕਦੀਆਂ, ਕਿਉਂਕਿ ਡੇਰਾ ਬਾਬਾ ਨਾਨਕ ਹਲਕੇ ਤੋਂ ਜਿੱਥੇ ਰਵੀਕਰਨ ਸਿੰਘ ਕਾਹਲੋਂ ਘੱਟ ਤੋਂ ਘੱਟ 10,000 ਦੀ ਲੀਡ ਲੈ ਕੇ ਚੱਲਦਾ ਸੀ ਅਕਾਲੀ ਦਲ ਦੇ ਵਿੱਚੋਂ, ਤਾਂ ਰਵੀਕਰਨ ਸਿੰਘ ਕਾਹਲੋਂ ਬੀਤੇ ਸਮੇਂ ਦੇ ਵਿੱਚ ਉਹ ਅਲੱਗ ਹੋ ਚੁੱਕਾ। ਦੂਜੇ ਪਾਸੇ ਤਲਵੀਰ ਸਿੰਘ ਗਿੱਲ ਵੀ ਜਿਹੜਾ ਰਾਈਟ ਹੈਂਡ ਸੀ ਬਿਕਰਮ ਸਿੰਘ ਮਜੀਠੀ ਦਾ, ਉਹ ਵੀ ਸਾਈਡਲਾਈਨ ਹੋ ਚੁੱਕਾ। ਠੀਕ ਆ, ਇਹ ਚਿਹਰੇ ਜ਼ਰੂਰ ਨੇ, ਬਿਕਰਮ ਸਿੰਘ ਮਜੀਠੀ ਦਾ ਚਿਹਰਾ ਨਾਮਵਰ ਚਿਹਰਾ ਮਾਝੇ ਦੇ ਵਿੱਚ ਜਾਣਿਆ ਪਛਾਣਿਆ ਹਸਤਾਖਰ ਹੈਗਾ, ਦੂਜੇ ਪਾਸੇ ਗਿੱਦੜਬਾਹ ਤੋਂ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਜੱਦੀ ਹਲਕਾ, ਪਰ ਸਥਿਤੀਆਂ ਜਿਹੜੀਆਂ ਸੁਖਵਿੰਦਰ ਜੀ ਉਹ ਹੁਣ ਇੰਨੀਆਂ ਸਖਾਵੀਆਂ ਨਾ ਉਹਨਾਂ ਵਾਸਤੇ ਤਾਂ ਨਾ ਇਸ ਪਾਸੇ ਆ, ਕਿਉਂਕਿ ਮੈਂ ਇਸ ਇਲਾਕੇ ਨਾਲ ਡੇਰਾ ਬਾਬਾ ਨਾਨਕ ਨੂੰ ਚੰਗੀ ਤਰ੍ਹਾਂ ਜਾਣਦਾ, ਸੁਖਜਿੰਦਰ ਸਿੰਘ ਰੰਧਾਵਾ ਕਿਸੇ ਵੀ ਸੂਰਤ ਵਿੱਚ ਇਹ ਸੀਟ ਜਿਹੜੀ ਉਹ ਜਾ ਨਹੀਂ ਦੇਵੇਗਾ। ਹਾਲਾਂਕਿ ਇਹ ਵੀ ਪਤਾ ਕਿ ਕਾਂਗਰਸ ਜਿਹੜੀ ਆ ਸ਼ਾਇਦ ਉਹਨਾਂ ਦੇ ਬੇਟੇ ਤੇ ਜਾਂ ਉਹਨਾਂ ਦੀ ਵਾਈਫ ਨੂੰ ਟਿਕਟ ਦੇਣ ਦੇ ਮੂਡ 'ਚ ਆ, ਕਿਉਂਕਿ ਉਹਨਾਂ ਨੇ ਵੀ ਲੀਡਰ ਜਿਹੜਾ ਉਸ ਤਰ੍ਹਾਂ ਹਲਕੇ 'ਚ ਕੋਈ ਪੈਦਾ ਹੀ ਨਹੀਂ ਹੋਣ ਦਿੰਦਾ। ਉਹਨਾਂ ਦੇ ਬੇਟੇ ਦੀ ਥੋੜੀ ਜਿਹੀ ਉਮਰ ਘੱਟ ਹੈ ਵਿਧਾਇਕੀ ਚੋਣ ਲੜਨ ਦੇ ਲਈ ਜਿੰਨੀ ਚਾਹੀਦੀ ਹੁੰਦੀ ਹੈ, ਪਰ ਉਹਨਾਂ ਦੀ ਵਾਈਫ ਤੇ ਜ਼ਰੂਰ ਪਾਉਣਾ ਪੈ ਸਕਦਾ ਜੀ। ਤਾਂ ਉਹ ਚਰਚਾਵਾਂ ਜਿਹੜੀਆਂ ਨੇ ਉਹ ਸੁਖਵਿੰਦਰ ਜੀ ਇਹ ਹੈਗੀਆਂ ਨੇ, ਤਾਂ ਬਿਕਰਮ ਸਿੰਘ ਮਜੀਠੀਆ ਦੂਸਰੇ ਪਾਸੇ ਆਪਣੇ ਸੁਖਬੀਰ ਸਿੰਘ ਬਾਦਲ ਹੋਣਾ ਵਾਸਤੇ ਇਹਦੀਆਂ ਸਥਿਤੀਆਂ ਹੁਣ ਸੌਖੀਆਂ ਨਹੀਂ ਆ, ਕਿਉਂਕਿ ਜਿਸ ਤਰੀਕੇ ਨਾਲ ਅਕਾਲੀ ਦਲ ਦਿਨ ਬ ਦਿਨ ਹਾਸ਼ੀਏ ਤੋਂ ਬਾਹਰ ਹੁੰਦਾ ਜਾ ਰਿਹਾ, ਤਾਂ ਉਸ ਸਥਿਤੀ ਦੇ ਵਿੱਚ ਵੇਖਣਾ ਹੋਵੇਗਾ ਕਿ ਸਰਦਾਰ ਸੁਖਬੀਰ ਸਿੰਘ ਵਾਕਈ, ਜੇ ਤੁਹਾਡਾ ਜਿਹੜਾ ਸਲਾਹ ਤੁਸੀਂ ਦੇ ਰਹੇ ਬੜੀ ਵਧੀਆ ਸਲਾਹ ਆ, ਤਾਂ ਇਹ ਉਹਨਾਂ ਦੇ ਸਿਆਸੀ ਸਲਾਹਕਾਰਾਂ ਨੂੰ ਜਿਹੜੇ ਉਹਨਾਂ ਦੇ ਨਾਲ ਸੱਜੇ ਜਾਂ ਖੱਬੇ ਬੈਠੇ ਹੁੰਦੇ ਆ, ਉਹਨਾਂ ਨੂੰ ਵੀ ਦੇ ਦੇਣੀ ਚਾਹੀਦੀ ਹੈ ਕਿ ਇੱਕ ਮੌਕਾ ਹੈਗਾ ਕਿ ਆਪਣੇ ਆਪ ਨੂੰ ਕੁਝ ਸਾਬਤ ਕਰਕੇ ਦਿਖਾਉਣ ਦਾ। ਤਾਂ ਸਿੱਧੂ ਸਾਹਿਬ, ਕਿਤੇ ਏਦਾਂ ਨਾ ਹੋਵੇ ਕਿ ਗਿੱਦੜਬਾਹ ਤੋਂ ਜੇਕਰ ਆਪਣੇ ਸਰਦਾਰ ਸੁਖਬੀਰ ਸਿੰਘ ਬਾਦਲ ਖਲੋਂਦੇ ਤਾਂ ਸਾਰਾ ਜ਼ੋਰ ਹੀ ਉੱਥੇ ਲੱਗ ਜਾਏ ਤੇ ਬਾਕੀ ਸੀਟਾਂ ਹਾਰ ਜਾਣ, ਫਿਰ ਉਹੀ ਹਾਲ ਨਾ ਹੋਵੇ ਕਿ ਜੋ ਕੁਝ ਬਠਿੰਡਾ ਸੀਟ ਤੋਂ ਹੁਣ ਹੋ ਰਿਹਾ, ਤੇ ਜਿਸ ਤਰੀਕੇ ਨਾਲ ਉਹ ਕਹਿ ਰਹੇ ਕਿ ਹਾਂ ਭਈ ਅਸੀਂ ਆ ਤੇ ਅਕਾਲੀ ਦਲ ਆ, ਅਕਾਲੀ ਦਲ ਆ ਤੇ ਅਸੀਂ ਆ, ਕਿਉਂਕਿ ਪਛਾਣ ਜਿਹੜੀ ਹੈ ਸੁਖਵਿੰਦਰ ਜੀ ਇਸ ਵੇਲੇ ਸੁਖਬੀਰ ਸਿੰਘ ਬਾਦਲ ਮੀਨਸ ਸ਼੍ਰੋਮਣੀ ਅਕਾਲੀ ਦਲ ਬਣ ਚੁੱਕੀ ਹੈ, ਜਦੋਂ ਕਿ ਇਹ ਧਾਰਨਾ ਤੋੜਨ ਦੀ ਲੋੜ ਹੈਗੀ ਆ, ਤੇ ਜੇ ਇਹ ਧਾਰਨਾ ਟੁੱਟਦੀ ਆ ਤਾਂ ਹੀ ਸੁਖਵਿੰਦਰ ਜੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਕਰ ਸਕਦਾ। ਕੇਵਲ ਇੱਕ ਬੰਦੇ ਦੀ ਪਹਿਚਾਣ ਨਾਲ ਇੱਕ ਪਾਰਟੀ ਨੂੰ ਤੁਸੀਂ ਜੇਕਰ ਸਥਾਪਿਤ ਕਰਨ ਦੇ ਯਤਨਾਂ 'ਚ ਰੋਕ, ਤਾਂ ਪਾਰਟੀ ਦਾ ਬੇੜਾ ਤਾਂ ਗਰਕ ਹੋਣਾ ਹੀ ਹੋਣਾ, ਕਿ ਇਸ ਸਮੇਂ ਫਿਰ ਤੁਸੀਂ ਵੀ ਵਿਨਾਸ਼ ਵੱਲ ਚਲੇ ਜਾਓਗੇ। ਸੋ ਪਾਰਟੀ ਪਹਿਲਾਂ, ਆਪਣਾ ਕਿਰਦਾਰ ਬਾਅਦ 'ਚ। ਬਾਕੀ ਠੀਕ ਆ, ਸਰਦਾਰ ਸੁਖਬੀਰ ਸਿੰਘ ਬਾਦਲ ਹੁਣੀ ਕਹਿ ਜਾਂਦੇ ਨੇ ਕਿ ਬਹੁਤ ਵਧੀਆ ਮੈਨੇਜ ਕਰਦੇ ਨੇ, ਮੈਨੇਜਮੈਂਟ ਕਰਦੇ ਰਹੇ ਨੇ, ਇਵੈਂਟ ਮੈਨੇਜਰ ਉਹਨਾਂ ਨੂੰ ਕਿਹਾ ਜਾਂਦਾ ਸੀ ਜਦੋਂ ਚੋਣ ਲੜਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦੇ ਆ, ਪਰ ਹੁਣ ਸਥਿਤੀਆਂ ਅਲੱਗ ਨੇ, ਹੁਣ ਇਵੈਂਟ ਮੈਨੇਜਰ ਵਾਲੀ ਗੱਲ ਜਿਹੜੀ ਆ ਉਹਨਾਂ 'ਚ ਵੀ ਨਹੀਂ ਰਹੀ, ਹੁਣ ਪਾਰਟੀ ਵਰਕਰ ਦੀ ਲੋੜ ਆ। ਦੇਖੋ ਇਹ ਜਿਮਨੀ ਚੋਣਾਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਭਵਿੱਖ ਤੈਅ ਕਰਦੀਆਂ ਨੇ ਜਾਂ ਨਹੀਂ ਕਰਦੀਆਂ, ਇਹ ਤਾਂ ਸੁਖਵਿੰਦਰ ਜੀ ਹੁਣ ਜਿਮਨੀ ਚੋਣਾਂ ਤੋਂ ਬਾਅਦ ਪਤਾ ਲੱਗਦਾ। ਬਾਅਦ ਪਤਾ ਲੱਗੇਗਾ, ਬਿਲਕੁਲ।
ਉਧਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੀ ਜਲੰਧਰ ਜ਼ਮੀਨੀ ਚੋਣ ਦੇ ਲਈ ਪੂਰੀ ਤਾਕਤ ਜਿਹੜੀ ਆ ਝੋਂਕ ਦਿੱਤੀ ਹੈ। ਔਰ ਸੰਦੀਪ ਪਾਠਕ ਉਹਨਾਂ ਨੇ ਜਿਹੜੀ ਰਣਨੀਤੀ ਬਣਾਈ ਹੈ, ਭਗਵੰਤ ਮਾਨ ਹੋਣਾਂ ਨੇ ਜੋ ਕੁਝ ਕਰਨਾ ਹੈ ਉਹਦੇ ਵਿੱਚ ਕਹਿੰਦੇ ਪਤਾ ਲੱਗਿਆ ਕਿ 23 ਵਾਰਡ ਨੇ ਜਲੰਧਰ ਦੇ ਉਸ ਸੀਟ ਜਲੰਧਰ ਵੈਸਟ ਦੇ, ਉਹਨਾਂ 23 ਵਾਰਡਾਂ ਦੇ ਵਿੱਚ ਕਹਿੰਦੇ ਕਿ 2 ਦਰਜਨ ਜਿਹੜੇ ਉਹ ਵਿਧਾਇਕ ਤੇ ਮੰਤਰੀ ਲਾ ਦਿੱਤੇ ਆ, ਔਰ ਇੱਕ ਇੱਕ ਵਿਧਾਇਕ ਤੇ ਮੰਤਰੀ ਨੂੰ ਵਾਰਡ ਇੰਚਾਰਜ ਨਿਯੁਕਤ ਕਰ ਦਿੱਤਾ ਅਣਕੀ ਸਾਹਿਬ। ਤੇ ਅੱਗੋਂ ਜਿਹੜੇ ਬੂਥ ਨੇ 181 ਬੂਥ ਨੇ, ਔਰ 181 ਬੂਥਾਂ ਦੇ ਉੱਪਰ ਪੰਜਾਬ ਲੈਵਲ ਦੇ ਜਿਹੜੇ ਚੇਅਰਮੈਨ ਨੇ ਜਾਂ ਫਿਰ ਪੰਜਾਬ ਲੈਵਲ ਦੇ ਵੱਡੇ ਅਹੁਦੇਦਾਰ ਨੇ ਉਹਨਾਂ ਨੂੰ ਜਿਹੜਾ ਨਿਯੁਕਤ ਕਰ ਦਿੱਤਾ ਹੈ। ਯਾਨੀ ਕਿ ਪੰਜਾਬ ਦੇ ਮੰਤਰੀ ਤੇ ਵਿਧਾਇਕ ਤਾਂ ਇਹਨਾਂ ਨੇ ਜਿਹੜੇ ਬੂਥ ਮਾਫ ਕਰਨਾ ਜਿਹੜੇ ਵਾਰਡ ਇੰਚਾਰਜ ਲਾ ਦਿੱਤੇ ਆ। ਕਿਵੇਂ ਦੇਖਦੇ ਹੋ ਜਿੱਥੇ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਅਸੀਂ 2 ਦਰਜਨ ਵਿਧਾਇਕ ਤੇ ਮੰਤਰੀ ਲਾ ਦਿੱਤੇ ਆ ਉੱਥੇ ਹੀ, ਤਾਂ ਉੱਥੇ ਹੀ ਇਹ ਰਣਨੀਤੀ ਜਿਹੜੀ ਉਹਨਾਂ ਨੇ ਬਣਾਈ ਚੋਣ ਜਿੱਤਣ ਦੇ ਲਈ ਖੁਦ ਉੱਥੇ ਪਹੁੰਚ ਗਏ ਆ। ਉਧਰੋਂ ਮੁਲਾਜ਼ਮ ਪੈਨਸ਼ਨਰਜ਼ ਫਰੰਟ ਜਿਹੜਾ ਪੰਜਾਬ ਆ ਉਹਨਾਂ ਨੇ ਵੀ ਐਲਾਨ ਕਰਤਾ ਸਰਕਾਰ ਖਿਲਾਫ ਜਾਣ ਦਾ, ਤੇ ਪਟਵਾਰੀ ਯੂਨੀਅਨ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਉੱਥੇ ਜਾਣ ਦਾ। ਕਿਵੇਂ ਦੇਖਦੇ ਹੋ ਦੋਵਾਂ ਸਥਿਤੀਆਂ ਨੂੰ, ਇੱਕ ਪਾਸੇ ਪੂਰਾ ਜ਼ੋਰ ਲਾ ਦਿੱਤਾ ਗਿਆ, ਦੂਜੇ ਪਾਸੇ ਖਿਲਾਫਤ ਵੀ ਸ਼ੁਰੂ ਹੋਈ ਹੈ? ਸੁਖਵਿੰਦਰ ਜੀ, ਜਦੋਂ ਤੁਸੀਂ ਇਹ ਸਥਿਤੀ ਬਿਆਨ ਕੀਤੀ ਕਿ ਕਿਹੜੇ ਕਿਹੜੇ ਮੰਤਰੀ ਜਾਂ ਵਿਧਾਇਕਾਂ ਦੀ 2 ਦਰਜੇ ਤੋਂ ਵੱਧ ਡਿਊਟੀਆਂ ਜਿਹੜੀਆਂ ਲਾ ਦਿੱਤੀਆਂ ਗਈਆਂ, ਤਾਂ ਮੈਨੂੰ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਅਰਵਿੰਦ ਕੇਜਰੀਵਾਲ ਦਾ ਇੱਕ ਡਾਇਲੋਗ ਦਿੱਲੀ ਦੇ ਵਿੱਚ ਜਿਹੜਾ ਵਰਤਦੇ ਗਏ ਉਹ ਯਾਦ ਆਉਂਦਾ। ਕਿਹੜਾ ਡਾਇਲੋਗ? ਜਦੋਂ ਚੋਣਾਂ ਹੁੰਦੀਆਂ ਨੇ ਕਿ ਹਾਂ ਭਾਈ ਜੇ ਅਸੀਂ ਕੰਮ ਕੀਤਾ ਤੁਸੀਂ ਮੈਨੂੰ ਵੋਟ ਪਾ ਦਿਓ, ਤੇ ਜੇ ਅਸੀਂ ਕੰਮ ਨਹੀਂ ਕੀਤਾ ਤੁਸੀਂ ਵੋਟ ਨਾ ਪਾਓ। ਇਹ ਗੱਲ ਕਿਸੇ ਸਮੇਂ ਭਗਵੰਤ ਮਾਨ ਹੋਣੀ ਵੀ ਕਹਿੰਦੇ ਹੁੰਦੇ ਸੀ ਕਿ ਹਾਂ ਭਾਈ ਅਸੀਂ ਇਸ ਤਰੀਕੇ ਦਾ ਜੇਕਰ ਕੰਮ ਕਰਾਂਗੇ ਤਾਂ ਤੁਹਾਡੇ ਕੋਲ ਵੋਟ ਮੰਗਣਾ, ਤੁਸੀਂ ਸਾਨੂੰ ਵੋਟ ਪਾ ਦੇਣਾ, ਜੇਕਰ ਅਸੀਂ ਕੰਮ ਨਹੀਂ ਕਰਾਂਗੇ ਵੋਟ ਨਾ ਪਾਇਓ। ਤਾਂ ਤੁਸੀਂ ਵੇਖ ਲਓ ਕਿ 2 ਸਾਲਾਂ ਦੇ ਵਿੱਚ ਵਿੱਚ ਹੀ ਪਾਰਟੀ ਦਾ ਜਿਹੜਾ ਬੇੜਾ ਆ ਉਹ ਕਿਸ ਤਰੀਕੇ ਨਾਲ ਗਰਕ ਹੋ ਗਿਆ। ਤੇ ਹੁਣ ਜੇ ਭਗਵੰਤ ਮਾਨ ਹੁਣੀ ਇਹ ਗੱਲ ਕਹਿ ਦੇਣਾ ਚਾਹੀਦਾ, ਤਾਂ ਇਹ ਆ ਕਿ ਅੱਜ ਦੇ ਦੌਰ 'ਚ ਇਹ ਗੱਲ ਕਹਿਣ ਜਲੰਧਰ 'ਚ ਬੈਠ ਕੇ ਕਿ ਹਾਂ ਭਾਈ ਜੇਕਰ ਅਸੀਂ 2 ਸਾਲਾਂ 'ਚ ਕੰਮ ਕੀਤਾ, 2 ਸਾਲਾਂ ਦੇ ਵਿੱਚ ਲੋਕਾਂ ਦੀਆਂ ਆਸਾਵਾਂ ਤੇ ਪੂਰੇ ਉਤਰੇ ਆ, ਜਾਂ ਹਲਕੇ ਦੇ ਲੋਕਾਂ ਦੀ ਆਸਾਵਾਂ ਤੇ ਸਾਡਾ ਬੰਦਾ ਪੂਰਾ ਉਤਰਿਆ, ਸਾਨੂੰ ਵੋਟ ਪਾ ਦਿਓ, ਤੇ ਮੇਰਾ ਨਹੀਂ ਖਿਆਲ ਸੁਖਵਿੰਦਰ ਜੀ ਇੱਕ ਵੀ ਵੋਟ ਜਿਹੜੀ ਆ ਉਹ ਪਵੇ, ਕਿਉਂਕਿ ਬੀਤੇ ਸਮੇਂ ਦੇ ਵਿੱਚ ਬੀਤੇ 2 ਸਾਲਾਂ ਦੇ ਵਿੱਚ ਜੋ ਕੁਝ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਨਾਲ ਜਾਂ ਵੱਖ ਵੱਖ ਜਥੇਬੰਦੀਆਂ ਦਾ ਜੋ ਹਾਲ ਜੋ ਵਾਅਦੇ ਕੀਤੇ ਤੇ ਜਿਸ ਤਰੀਕੇ ਨਾਲ ਵਾਅਦੇ ਤੋਂ ਮੁਨਕਰ ਹੋਏ, ਉਸਦਾ ਸਿੱਟਾ ਸਾਹਮਣੇ ਆ। ਇਹ 10 ਵਿਧਾਨ ਸਭਾ ਦੀਆਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਤੇ ਜਿਹੜੀ ਹੋਈ ਹਾਰ ਹੈ। ਖੈਰ ਹੁਣ ਮੈਂ ਜਲੰਧਰ ਪੱਛਮੀ ਦੀ ਸੀਟ ਦੀ ਗੱਲ ਕਰਦਾ ਜਿਹਦੇ ਸੰਬੰਧੀ ਤੁਸੀਂ ਗੱਲ ਕਰ ਰਹੇ ਜੀ। ਵਿਧਾਇਕਾਂ ਦੀ ਡਿਊਟੀ ਲੱਗ ਗਈ, ਮੰਤਰੀਆਂ ਦੀ ਡਿਊਟੀ ਲੱਗ ਗਈ, ਤੇ ਈਵਨ ਕਿ ਭਗਵੰਤ ਮਾਨ ਹੋਣੀ ਵੀ 3 ਦਿਨ ਵਾਸਤੇ ਉੱਥੇ ਆਣ ਕੇ ਬੈਠ ਗਏ ਆ। ਕਿਤੇ ਕਹਿੰਦੇ ਕਿ ਮੈਂ ਸਾਰੀ ਵਾਚ ਅਮਾਉਂਟ ਜਿਹੜਾ ਸਾਰੀ ਦੀ ਸਥਿਤੀ ਦਾ ਰੱਖਣਾ, ਵੇਖਣਾ ਕਿ ਸਥਿਤੀਆਂ ਜਿਹੜੀਆਂ ਕਿਹੋ ਜਿਹੀਆਂ ਨੇ। ਹੁਣ ਸਿੱਧੂ ਸਾਹਿਬ ਮੰਤਰੀ ਲਾ ਜਾਓ, ਵਿਧਾਇਕਾਂ ਦੀ ਤੁਸੀਂ ਡਿਊਟੀ ਲਾ ਦਿਓ, ਜਿਹਦੀ ਮਰਜ਼ੀ ਡਿਊਟੀ ਲਾ ਦਿਓ, ਪਰ ਜਿਹੜਾ ਫੈਸਲਾ ਆ ਉਹ ਲੋਕਾਂ ਨੇ ਕਰਨਾ, ਲੋਕਾਂ ਨੇ ਤੁਹਾਡੇ ਬੀਤੇ 2 ਸਾਲਾਂ ਦੇ ਕੰਮਾਂ 'ਤੇ ਕਰਨਾ ਕਿ 2 ਸਾਲ ਲੋਕਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਮੂਰਖ ਬਣਾਇਆ ਜਾਂ ਲੋਕਾਂ ਨੂੰ ਤੁਸੀਂ ਫਾਇਦੇ ਦਿੱਤੇ ਜਾਂ ਲੋਕਾਂ ਦੀਆਂ ਆਸ਼ਾਵਾਂ 'ਤੇ ਉਤਰੇ, ਇਸ ਆਧਾਰ 'ਤੇ ਤੁਹਾਡੇ ਜਿਹੜਾ ਫੈਸਲਾ ਹੋਣਾ। ਤਾਂ ਇਹਦੇ ਨਾਲ ਜ਼ਰੂਰੀ ਨਹੀਂ ਕਿ ਵਿਧਾਇਕ ਜਾਂ ਮੰਤਰੀ ਜਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਉਨ ਸਮੇਂ 'ਤੇ ਤਾਂ ਤੁਸੀਂ ਕਰ ਦੋਗੇ ਕਿ ਹਾਂਜੀ ਤੁਹਾਡੀ ਇਹ ਵੀ ਮਨਸਾ ਪੂਰੀ ਹੋ ਗਈ, ਇਹ ਵੀ ਮਨਸਾ ਪੂਰੀ ਹੋ ਗਈ, ਪਰ ਜੇਕਰ ਤੁਹਾਡੇ ਕੰਮਾਂ ਦੇ ਆਧਾਰ 'ਤੇ ਕੰਮ ਹੋਣਾ ਤਾਂ ਫਿਰ ਫੈਸਲਾ ਨਹੀਂ ਹੋਣਾ। ਤੇ ਸ਼ਾਇਦ ਇਸੇ ਹੀ ਕਾਰਨ ਜਿੱਥੇ ਪਟਵਾਰ ਯੂਨੀਅਨ ਨੇ ਫੈਸਲਾ ਕਰ ਲਿਆ, ਦੂਜੇ ਪਾਸੇ ਜਿਹੜਾ ਫਰੰਟ ਹੈ ਪੰਜਾਬ ਪੈਨਸ਼ਨ ਮੁਲਾਜ਼ਮ ਫਰੰਟ ਜਿਹੜਾ, ਉਹਨਾਂ ਨੇ ਵੀ 6 ਜੁਲਾਈ ਨੂੰ ਝੰਡਾ ਮਾਰਚ ਕੱਢਣ ਦਾ ਐਲਾਨ ਕਰ ਦਿੱਤਾ। ਅਜੇ ਇਹ 2 ਜਥੇਬੰਦੀਆਂ ਮੈਦਾਨ ਵਿੱਚ ਨਿਤਰੀਆਂ ਨੇ, ਤੇ ਆਉਂਦਿਆਂ ਦਿਨਾਂ 'ਚ ਹੋ ਸਕਦਾ ਕਿ ਸਿੱਧੂ ਸਾਹਿਬ ਹੋਰ ਜਿਹੜੇ ਠੇਕਾ ਮੁਲਾਜ਼ਮ ਯੂਨੀਅਨ ਨੇ ਉਹ ਵੀ ਜਲੰਧਰ ਵੱਲ ਦਾ ਰੁੱਖ ਜਿਹੜਾ ਕਰ ਦੇਣ। ਮੈਂ ਕੱਲ੍ਹ ਦੇ ਪ੍ਰੋਗਰਾਮ 'ਚ ਮੇਰਾ ਖਿਆਲ ਤੁਹਾਡੇ ਨਾਲ ਗੱਲ ਕੀਤੀ ਸੀ ਸਿੱਧੂ ਸਾਹਿਬ, ਜ਼ਿਮਨੀ ਚੋਣਾਂ ਆਮ ਤੌਰ 'ਤੇ ਇਹ ਸਮਝਿਆ ਜਾਂਦਾ ਕਿ ਸਰਕਾਰ ਦੀ ਜ਼ਿਮਨੀ ਚੋਣ ਹੁੰਦੀ ਹੈ, ਸਰਕਾਰ ਜਿੱਤ ਜਾਂਦੀ ਆ, ਪਰ
ਕਈ ਵਕਤ ਇਸ ਤਰ੍ਹਾਂ ਦਾ ਹੁੰਦਾ ਕਿ ਇਹ ਜਿਮਨੀ ਚੋਣਾਂ ਜਿਹੜੀਆਂ ਹੁੰਦੀਆਂ ਨੇ, ਇੱਕ ਟਰਨਿੰਗ ਪੁਆਇੰਟ ਹੁੰਦਾ ਕਿ ਜਦੋਂ ਪਤਾ ਲੱਗ ਜਾਂਦਾ ਕਿ ਭਈ ਹਾਂ ਭਈ ਇਹ ਸਰਕਾਰ ਜਿਹੜੀ ਆ ਹੁਣ ਗਈ। ਖਾਸ ਤੌਰ 'ਤੇ ਬੇਅੰਤ ਸਿੰਘ ਦੀ ਸਰਕਾਰ ਦੇ ਸਮੇਂ ਦੀ ਗੱਲ ਲੋਕ ਕਰਦੇ 1995 ਦੇ ਵਿੱਚ ਜਦੋਂ ਮਨਪ੍ਰੀਤ ਬਾਦਲ ਜਿੱਤਦਾ, ਸਰਦਾਰ ਬੇਅੰਤ ਸਿੰਘ ਨੇ ਗਿੱਦੜਬਾਹਾ ਜਿਸੋਂ ਹਲਕੇ ਤੋਂ ਇਕੱਲੇ ਇਕੱਲੇ ਮੰਤਰੀ ਦੀ ਡਿਊਟੀ ਲਾ ਦਿੱਤੀ, ਪੈਸੇ ਤੱਕ ਵੰਡੇ ਗਏ ਅਤੇ ਜਦੋਂ ਸੀਟ ਫਿਰ ਵੀ ਜਿਹੜਾ ਸੀ ਕਾਂਗਰਸ ਦਾ ਜਿਹੜਾ ਕੈਂਡੀਡੇਟ ਸੀ ਉਹ ਹਾਰ ਗਿਆ ਤਾਂ ਬੇਅੰਤ ਸਿੰਘ ਹੁਣੀ ਕਹਿੰਦੇ ਕਿ ਮੰਤਰੀਆਂ ਦੇ ਨਾਲ ਨਾਰਾਜ਼ ਹੋ ਗਏ ਤਾਂ ਮੰਤਰੀਆਂ ਨੂੰ ਪੁੱਛਿਆ ਕਿ ਹਾਂ ਵੀ ਜਿਹੜੇ ਪੈਸੇ ਦਿੱਤੇ ਉਹ ਪਹੁੰਚੇ ਕਿਉਂ ਨਹੀਂ, ਤਾਂ ਕਹਿੰਦੇ ਨੇ ਮੰਤਰੀਆਂ ਨੇ ਇਹ ਜਵਾਬ ਦਿੱਤਾ ਕਿ ਹਾਂ ਵੀ ਉਹ ਜ਼ਿਆਦਾ ਮੰਗਦੇ ਸੀ ਅਤੇ ਬੇਅੰਤ ਸਿੰਘ ਇਸ ਗੱਲ ਤੋਂ ਖਫਾ ਹੋ ਗਿਆ, ਕਹਿੰਦੇ ਕਿ ਹਾਂ ਵੀ ਜੇ ਪੈਸੇ ਉਸ ਵਕਤ ਵੀ ਤੁਸੀਂ ਰੇਟ ਦੀ ਗੱਲ ਕਰਦੇ ਕਿ ਜਦੋਂ ਤੁਹਾਨੂੰ ਪਤਾ ਕਿ ਇੱਕ ਇੱਕ ਵੋਟ ਕੀਮਤੀ ਹੈ। ਸੋ ਸੁਖਵਿੰਦਰ ਜੀ ਜ਼ਰੂਰੀ ਨਹੀਂ ਹੁੰਦਾ ਕਿ ਮੁੱਖ ਮੰਤਰੀ ਨੇ ਪੂਰੀ ਆਪਣੀ ਤਾਕਤ ਝੋਕ ਦਿੱਤੀ ਆ ਅਤੇ ਇਹ ਸੀਟ ਜਿੱਤ ਲੈਣੀ ਆ। ਲੋਕਾਂ ਦਾ ਜਿਹੜਾ ਵਿਰੋਧ ਜਾਂ ਲੋਕਾਂ ਦਾ ਰੋਹ ਜਾਂ ਲੋਕਾਂ ਨੇ ਜਿਹੜਾ ਫੈਸਲਾ ਕਰਨਾ, ਵੱਡੀਆਂ ਵੱਡੀਆਂ ਪਾਰਟੀਆਂ ਵੱਡੇ ਵੱਡੇ ਨੇਤਾਵਾਂ ਨੂੰ ਵੀ ਉਹ ਪਿੱਛੇ ਸੁੱਟ ਦਿੰਦੇ ਆ। ਜੇਕਰ ਤੁਹਾਨੂੰ ਯਾਦ ਹੋਊਗਾ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਸਮੇਂ ਵੀ ਇੱਕ ਜਿਮਨੀ ਚੋਣ ਮੇਰਾ ਖਿਆਲ ਹੋਈ ਸੀ ਕਿਲ੍ਹਾ ਉੱਥੋਂ ਜਿੱਥੋਂ ਮਨਪ੍ਰੀਤ ਰੈਲੀ ਹੋਣੀ ਜਿੱਤੇ ਅਤੇ ਉੱਥੋਂ ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਪੂਰਾ ਜ਼ੋਰ ਜਿਹੜਾ ਸੀ ਆਪਣੇ ਉਹ ਮੈਨੂੰ ਯਾਦ ਭੁੱਲ ਨਾਮ ਉਹਨਾਂ ਦਾ ਯਾਦ ਭੁੱਲ ਗਿਆ, ਕੈਪਟਨ ਸੀ ਵੀ ਕੈਪਟਨ ਦਾ ਨਾਂ ਲੱਗਦਾ ਸੀ ਅਤੇ ਉਹ ਮਨਪ੍ਰੀਤ ਰੈਲੀ ਦੇ ਖਿਲਾਫ ਖਲੋਤਾ ਸੀ ਅਤੇ ਉਹ ਵੀ ਉਸ ਜਿਮਨੀ ਚੋਣ 'ਚ ਹਾਰ ਗਿਆ ਅਤੇ ਕੈਪਟਨ ਅਮਰਿੰਦਰ ਸਿੰਘ ਪੂਰਾ ਜ਼ੋਰ ਲਾ ਤਾ। ਤਾਂ ਸੋ ਉਸੇ ਤਰੀਕੇ ਨਾਲ ਜੇ ਹੁਣ ਭਗਵੰਤ ਮਾਨ ਹੋਣਾਂ ਨੇ ਆਪਣੇ ਮੰਤਰੀਆਂ ਆਪਣੇ ਵਿਧਾਇਕਾਂ ਦਾ ਜ਼ੋਰ ਲਾਤਾ, ਆਪਣੀ ਪੂਰੀ ਤਾਕਤ ਝੋਕ ਦਿੱਤੀ ਆ, ਇਸ ਦਾ ਤਾਂ ਨਤੀਜਾ ਸੁਖਵਿੰਦਰ ਜੀ 10 ਜੁਲਾਈ ਨੂੰ ਪਤਾ ਲੱਗ ਜਾਣਾ ਕਿ ਹਾਂ ਫਿਰ ਕਿਸ ਭਾਅ ਵਿਕਦੀ ਆ। ਬਾਕੀ ਦੇਖੋ ਮੁੱਖ ਮੰਤਰੀ ਸਾਹਿਬ ਵਾਸਤੇ ਇਹ ਜਿਹੜੀ ਜਿਮਨੀ ਚੋਣਾਂ ਕਰੋ ਜਾਂ ਮਰੋ ਵਾਲੀ ਸਥਿਤੀ ਜਿਹੜੀ ਬਣ ਚੁੱਕੀ ਆ, ਕਿਉਂਕਿ ਹੁਣ ਅਰਵਿੰਦ ਕੇਜਰੀਵਾਲ ਵੀ ਇਸ ਸਮੇਂ ਸੋਮ ਮੰਗਲਵਾਰ ਤੱਕ ਬਾਹਰ ਆ ਸਕਦੇ ਆ, ਦਿੱਲੀ ਲੋਬੀ ਵੀ ਪੂਰਨ ਤੌਰ 'ਤੇ ਐਕਟਿਵ ਜਿਹੜੀ ਹੋਈ ਆ, ਤਾਂ ਅਜਿਹੀ ਸਥਿਤੀ ਦੇ ਵਿੱਚ ਜੇ ਮੈਂ ਕਹਾਂ ਕਿ ਮੁੱਖ ਮੰਤਰੀ ਵਾਸਤੇ ਜਿਮਨੀ ਚੋਣ ਇਸ ਕਰਕੇ ਮਹੱਤਵਪੂਰਨ ਆ ਕਿ ਉਹ ਆਪਣੀ ਕੁਰਸੀ ਨੂੰ ਬਚਾ ਸਕਣ, ਕਿਉਂਕਿ ਜੇਕਰ ਇਹ ਵੀ ਜਿਮਨੀ ਚੋਣ ਹਾਰ ਗਈ ਤਾਂ ਜਿਸ ਤਰੀਕੇ ਦੇ ਸਵਾਲ ਸਰਦਾਰ ਸੁਖਬੀਰ ਸਿੰਘ ਬਾਦਲ 'ਤੇ ਉੱਠਦੇ ਆ, ਉਹ ਜਿਹੇ ਸਵਾਲ ਭਗਵੰਤ ਮਾਨ 'ਤੇ ਵੀ ਉੱਠਣੇ ਸ਼ੁਰੂ ਹੋ ਜਾਣਗੇ। ਬੇਸ਼ੱਕ ਸਾਹਮਣੇ ਜੇ ਧੜਾ ਨਹੀਂ ਆ ਰਿਹਾ ਕੋਈ ਵੀ ਏਡਾ ਮਜ਼ਬੂਤ ਧੜਾ ਜਿਹੜਾ ਭਗਵੰਤ ਸਿੰਘ ਮਾਨ ਨੂੰ ਸਵਾਲ ਕਰ ਸਕੇ, ਪਰ ਦਿੱਲੀ ਲੋਬੀ ਦੇ ਆਸ਼ੀਰਵਾਦ ਨਾਲ ਕੁਝ ਵਿਅਕਤੀ ਹੈਗੇ ਨੇ ਜਿਹੜੇ ਅਜਿਹੇ ਮੌਕੇ ਦੀ ਤਲਾਸ਼ ਨੇ ਕਿ ਹਾਂ ਵੀ ਇਹਨਾਂ ਜਿਮਨੀ ਚੋਣਾਂ ਦਾ ਰਿਜ਼ਲਟ ਆਵੇ ਤਾਂ ਫਿਰ ਇਸ ਲੀਡਰਸ਼ਿਪ ਦੇ ਉੱਤੇ ਵੀ ਸਵਾਲ ਜਿਹੜੇ ਉਹ ਚੁੱਕੇ ਜਾਣ। ਖੈਰ ਵੇਖਦੇ ਹੋ ਕਿ ਅਗਲੇ ਦਿਨਾਂ 'ਚ ਕੀ ਹੁੰਦਾ, ਪਰ ਜਿਸ ਤਰੀਕੇ ਨਾਲ ਮੁਲਾਜ਼ਮ ਜਥੇਬੰਦੀਆਂ ਭਗਵੰਤ ਮਾਨ ਹੋਣਾਂ ਦੇ ਖਿਲਾਫ ਜਾਂ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਖਿਲਾਫ ਨਿੱਤਰ ਆਈਆਂ ਨੇ ਮੈਦਾਨ 'ਤੇ, ਨਤੀਜੇ ਸੁਖਵਿੰਦਰ ਜੀ ਮੈਨੂੰ ਇੰਨੇ ਸਖਾਵੇਂ ਲੱਗ ਨਹੀਂ ਰਹੇ, ਖਾਸ ਤੌਰ 'ਤੇ ਜਿਹੜੇ ਭਗਤ ਚੂਨੀ ਲਾਲ ਦੇ ਬੇਟੇ ਭਗਵੰਤ ਮਹਿੰਦਰ ਭਗਤ ਨੇ ਉਹਨਾਂ ਦੇ ਹੱਕ ਦੇ ਵਿੱਚ ਇੰਨੇ ਨਤੀਜੇ ਸਖਾਵੇਂ ਨਹੀਂ ਲੱਗ ਰਹੇ। ਹਾਲਾਂਕਿ ਉਹ ਇੱਕ ਇਮਾਨਦਾਰ ਵਿਅਕਤੀ ਨੇ, ਇਮਾਨਦਾਰ ਨੇਤਾ ਨੇ, ਉਹਨਾਂ ਦੇ ਫਾਦਰ ਦਾ ਇੱਕ ਤਕੜਾ ਹੋਲਡ ਰਿਹਾ ਦਲਿਤ ਭਾਈਚਾਰੇ ਦੇ ਵਿੱਚ, ਭਾਜਪਾ ਦੇ ਵਿੱਚ ਵੀ। ਪਰ ਹੁਣ ਕਿਉਂਕਿ ਮਹਿੰਦਰ ਭਗਤ ਦੀ ਪਹਿਚਾਣ ਭਗਤ ਚੂਨੀ ਲਾਲ ਦੇ ਬੇਟੇ ਦੇ ਰੂਪ 'ਚ ਤਾਂ ਹੈ ਹੀ ਹੈ, ਪਰ ਉਸ ਤੋਂ ਜ਼ਿਆਦਾ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਜਿਹੜੀਆਂ ਵੋਟਾਂ ਦਾ ਫੈਸਲਾ ਹੋਣਾ ਮਹਿੰਦਰ ਭਗਤ ਦੇ ਚਿਹਰੇ ਕਰਕੇ ਨਹੀਂ, ਆਮ ਆਦਮੀ ਪਾਰਟੀ ਦੀ ਕੀਤੀਆਂ ਕੰਮਾਂ ਦੇ ਕਰਕੇ ਹੀ ਉਹਨਾਂ ਨੂੰ ਜਿਹੜੀ ਵੋਟ ਪੈਣੀ ਆ। ਇਸ ਕਰਕੇ ਲੱਗਦਾ ਨਹੀਂ ਕਿ ਸਥਿਤੀ ਜਿਹੜੀ ਭਗਵੰਤ ਮਾਨ ਹੋਣਾ ਵਾਸਤੇ ਪੂਰੀ ਤਾਕਤ ਝੋਕ ਦੇਣ ਦੇ ਬਾਵਜੂਦ ਵੀ ਸਖਾਵੀ ਹੋਵੇ। ਬਾਕੀ ਦੇਖੋ ਅਗਲੇ ਦਿਨਾਂ 'ਚ ਕੀ ਵਾਪਰਦਾ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆ ਕਿ ਪੂਰਾ ਪੰਜਾਬ ਹੀ ਮੇਰਾ ਤੇ ਸਾਰੇ ਮੇਰੇ ਲਈ ਇੱਕੋ ਜਿਹੇ ਨੇ, ਪਰ ਅਣਖੀ ਸਾਹਿਬ ਜੇ ਗੱਲ ਕਰੀਏ ਆਪਣੇ ਹੀ ਕਈਆਂ ਗੱਲਾਂ ਤੋਂ ਸਰਕਾਰ ਮੁੱਕਰ ਰਹੀ ਹੈ, ਆਪਣੀਆਂ ਹੀ ਕਈਆਂ ਗੱਲਾਂ ਤੋਂ ਭਗਵੰਤ ਮਾਨ ਭੱਜ ਰਹੇ ਨੇ। ਔਰ ਕਹਿੰਦੇ ਕਿ ਮੁੱਖ ਮੰਤਰੀ ਤੇ ਮੰਤਰੀਆਂ ਦੇ ਅਖਤਿਆਰੀ ਫੰਡ ਦਾ ਸਭ ਤੋਂ ਵੱਡਾ ਹਿੱਸਾ ਜਿਹੜਾ ਉਹ ਸੰਗਰੂਰ ਦੇ ਵਿੱਚ ਵਰਤਿਆ ਜਾ ਰਿਹਾ, ਸੰਗਰੂਰ ਜ਼ਿਲ੍ਹੇ ਨੂੰ ਸਭ ਤੋਂ ਵੱਧ ਜਿਹੜਾ ਉਹ ਪੈਸਾ ਦਿੱਤਾ ਜਾ ਰਿਹਾ ਮੰਤਰੀਆਂ ਤੇ ਮੁੱਖ ਮੰਤਰੀਆਂ ਦੇ ਅਖਤਿਆਰੀ ਫੰਡ ਦਾ। ਇੱਕ ਤਾਂ ਇਹ ਸੀ ਕਿ ਉੱਥੇ ਜਿਮਨੀ ਚੋਣ ਹਾਰ ਗਏ ਸੀ, ਇੱਕ ਚੋਣ ਜਿੱਤਣੀ ਬੜੀ ਜ਼ਰੂਰੀ ਸੀ 24 ਦੀ, ਇੱਕ ਆਸ ਸੁਖਪਾਲ ਸਿੰਘ ਖਹਿਰਾ ਗਿਆ ਸੀ ਉੱਥੇ, ਇੱਕ ਇਹ ਵੀ ਕਾਰਨ ਹੈ। ਹੋਰ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ, ਜਦਕਿ ਬਰਾਬਰ ਦਾ ਪੂਰਾ ਸਾਰੇ ਜ਼ਿਲ੍ਹਿਆਂ ਨੂੰ ਸਾਰੇ ਹਿੱਸਿਆਂ ਨੂੰ ਪੰਜਾਬੀਆਂ ਨੂੰ ਬਰਾਬਰ ਦਾ ਪੈਸਾ ਦੇਣਾ ਚਾਹੀਦਾ ਹੈ, ਤੇ ਪਰ ਇਹ ਤਾਂ ਜ਼ਿਆਦਾਤਰ ਇਹ ਪੈਸਾ ਇੱਥੇ ਹੀ ਵਰਤੀ ਜਾ ਰਹੇ ਆ, ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਔਰ ਕੀ ਕੋਈ ਜਾਣਕਾਰੀ ਅੰਕੜੇ ਤੁਹਾਡੇ ਕੋਲ?
ਸੁਖਵਿੰਦਰ ਜੀ ਕਿਸੇ ਵੀ ਹਲਕੇ ਨੂੰ ਤੁਸੀਂ ਫਾਇਦਾ ਦੇ ਦਿਓ, ਕੋਈ ਚੱਕਰ ਨਹੀਂ, ਪਰ ਜਿਹੜਾ ਤੁਸੀਂ ਫਾਇਦਾ ਜਾਂ ਜਿਹੜਾ ਕੋਈ ਅਖਤਿਆਰੀ ਫੰਡ ਵੰਡਣਾ ਉਹ ਕਿਸੇ ਨਿਯਮਾਂ ਦੇ ਅਧੀਨ ਵੰਡਣਾ ਹੁੰਦਾ। ਪਰ ਕਹਿੰਦੇ ਨੇ ਕਿ ਜ਼ਿਲ੍ਹਾ ਸੰਗਰੂਰ ਨੂੰ ਤਾਂ ਜਿਹੜੇ ਫੰਡ ਅਖਤਿਆਰੀ ਫੰਡ ਦਿੱਤੇ ਜਾ ਰਹੇ ਨਿਯਮਾਂ ਨੂੰ ਛਿੱਕੇ 'ਤੇ ਟੰਗ ਕੇ ਦਿੱਤੇ ਜਾ ਰਹੇ, ਜਿਹੜੇ ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਗੱਲ ਜਿਹੜੀ ਹੈਗੀ ਹੈ। ਮੁੱਖ ਮੰਤਰੀ ਸਾਹਿਬ ਦਾ ਜਿਹੜਾ ਅਖਤਿਆਰੀ ਕੋਟਾ ਸੁਖਵਿੰਦਰ ਜੀ ਉਹ 22 ਔਰ 23 ਦੇ ਵਿੱਚ ਜਿਹੜਾ ਉਹ 5 ਕਰੋੜ ਸੀ, ਅਤੇ ਹੁਣ ਜਿਹੜਾ ਅਖਤਿਆਰੀ ਕੋਟਾ 23 ਔਰ 24 ਦੇ ਵਿੱਚ ਉਹ 37 ਕਰੋੜ ਜਿਹੜਾ ਉਹ ਕਰ ਦਿੱਤਾ ਗਿਆ। ਇਸੇ ਤਰ੍ਹਾਂ ਜਿਹੜਾ ਮੰਤਰੀਆਂ ਦਾ ਅਖਤਿਆਰੀ ਕੋਟਾ 22 ਔਰ 23 ਸੀ, ਉਹ ਸੁਖਵਿੰਦਰ ਜੀ ਉਹ 1 ਕਰੋੜ ਰੁਪਈਆ ਮਾਫ ਕਰਨਾ 1.5 ਕਰੋੜ ਸੀ, ਅਤੇ ਜਿਹੜਾ ਹੁਣ ਜਿਹੜਾ 23 ਔਰ 24 ਚ ਉਹ 1 ਕਰੋੜ ਜਿਹੜਾ ਕਰ ਦਿੱਤਾ ਗਿਆ। ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਅਖਤਿਆਰੀ ਕੋਟਾ ਦਿੱਤਾ ਜਾਂਦਾ ਸਿੱਧੂ ਸਾਹਿਬ, ਤਾਂ ਉਹ ਫੰਡ ਬਕਾਇਦਾ ਤੌਰ 'ਤੇ ਲਿਖਤੀ ਤੌਰ 'ਤੇ ਇਹ ਲਿਆ ਜਾਂਦਾ ਕਿ ਤੁਸੀਂ ਆਪਣੇ ਹਲਕੇ ਦੇ ਵਿੱਚ 50% ਤੋਂ ਵੱਧ ਆਪਣੇ ਅਖਤਿਆਰੀ ਕੋਟੇ 'ਚੋਂ ਤੁਸੀਂ ਖਰਚ ਜਿਹੜਾ ਉਹ ਨਹੀਂ ਕਰ ਸਕਦੇ। ਦੂਜੇ ਪਾਸੇ ਕਿ ਜਿਹੜਾ ਵੀ ਤੁਹਾਨੂੰ ਫੰਡ ਮਿਲਦਾ ਕਿਸੇ ਵੀ ਧਾਰਮਿਕ ਮੰਦਿਰ ਮਸਜਿਦ ਗੁਰਦੁਆਰੇ ਦੇ ਉੱਤੇ ਤੁਸੀਂ ਖਰਚ ਨਹੀਂ ਕਰ ਸਕਦੇ, ਤੁਸੀਂ ਨਹੀਂ ਉਹਨਾਂ ਨੂੰ ਦੇ ਸਕਦੇ। ਇਹਦੇ ਨਾਲ ਹੀ ਨਾਲ ਜਿਹੜੇ ਮਕਾਨ ਬਣਾਉਣ ਦੀ ਜਿਹੜੀ ਉਸਾਰੀ ਆ ਉਹਦੇ ਵਾਸਤੇ ਤੁਸੀਂ 50,000 ਰੁਪਈਆ ਦੇਣਾ, ਜੇ ਗਰੀਬ ਘਰਾਂ ਦੇ ਲੋਕਾਂ ਦੀ ਮੁਰੰਮਤ ਵਾਸਤੇ ਤੁਸੀਂ 15,000 ਰੁਪਈਆ ਦੇ ਸਕਦੇ ਜੀ। ਪਰ ਕਹਿੰਦੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਤਾਂ ਇਹ ਸਾਰੇ ਨਿਯਮ ਜਿਹੜੇ ਛਿੱਕੇ 'ਤੇ ਟੰਗ ਦਿੱਤੇ ਗਏ ਆ, ਕਿਉਂਕਿ ਮੁੱਖ ਮੰਤਰੀ ਸਾਹਿਬ ਹੁਣਾਂ ਨੇ ਜਿਸ ਤਰੀਕੇ ਨਾਲ ਜੋ ਡਾਟਾ ਮੇਰੇ ਕੋਲ ਪਹੁੰਚਿਆ ਸੁਖਵਿੰਦਰ ਜੀ, 22-23 ਦੇ ਵਿੱਚ ਉਹਨਾਂ ਨੇ 2 ਕਰੋੜ ਰੁਪਈਆ ਜਿਹੜਾ ਸਿੱਧੂ ਸਾਹਿਬ ਖਰਚ ਮਤਲਬ ਅਖਤਿਆਰੀ ਕੋਟੇ 'ਚੋਂ ਦਿੱਤਾ, ਅਤੇ 23 ਔਰ 24 ਦੇ ਵਿੱਚ ਉਹਨਾਂ ਨੇ 19 ਕਰੋੜ ਜਿਹੜਾ ਉਹ ਦਿੱਤਾ। ਇਹਦੇ ਨਾਲ ਹੀ ਨਾਲ ਜਿਹੜੇ ਉਹਨਾਂ ਦੇ ਮੰਤਰੀ ਨੇ ਉਹ ਵੀ ਆਪਣੇ ਅਖਤਿਆਰੀ ਫੰਡ ਦੇ ਵਿੱਚੋਂ ਮੁੱਖ ਮੰਤਰੀ ਸਾਹਿਬ ਦੇ ਜ਼ਿਲ੍ਹੇ ਨੂੰ ਵੱਧ ਤੋਂ ਵੱਧ ਜਿਹੜੇ ਉਹ ਪੈਸੇ ਜਿਹੜੇ ਉਹ ਦੇ ਰਹੇ ਆ। ਤਾਂ ਜਦੋਂ ਕਿ 23-24 51% ਜਿਹੜਾ ਉਹ ਬਣ ਜਾਂਦਾ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਆਪਣੇ ਹਲਕੇ 'ਚ ਦਿੱਤਾ, ਜਦੋਂ ਕਿ ਨਿਯਮਾਂ ਦੇ ਅਨੁਸਾਰ 50% ਤੋਂ ਵੱਧ ਤੁਸੀਂ ਆਪਣੇ ਹਲਕੇ ਦੇ ਵਿੱਚ ਨਹੀਂ ਖਰਚ ਸਕਦੇ, ਕਿਉਂਕਿ ਮੰਤਰੀ ਆ, ਮੰਤਰੀ ਵਾਸਤੇ ਸਾਰਾ ਪੰਜਾਬ ਜਿਹੜਾ ਉਹ ਉਹਨਾਂ ਦਾ ਹੈ, ਮੁੱਖ ਮੰਤਰੀ ਵਾਸਤੇ ਵੀ ਸਾਰਾ ਪੰਜਾਬ ਦੇ ਉਹ ਕਸਟੋਡੀਅਨ 3 ਕਰੋੜ ਲੋਕਾਂ ਦੇ ਉਹ ਕਹਿੰਦਾ ਮੈਂ ਹੈਗਾ ਮੈਂ ਕਸਟੋਡੀਅਨ ਆ ਇਹਨਾਂ ਵਾਸਤੇ ਮੈਂ ਹੈਗਾ, ਤਾਂ ਫਿਰ ਕੁਦਰਤੀ ਤੌਰ 'ਤੇ ਸਾਰਾ ਪੰਜਾਬ ਉਹਨਾਂ ਵਾਸਤੇ ਆ। ਪਰ ਨਹੀਂ, ਉਹਨਾਂ ਨੇ ਆਪਣੇ ਜ਼ਿਲ੍ਹੇ ਨੂੰ ਆਪਣੇ ਹਲਕਿਆਂ ਨੂੰ ਜਿਸ ਤਰੀਕੇ ਦਾ ਜੋ ਡਾਟਾ ਸਾਹਮਣੇ ਆਇਆ ਉਹ ਸਭ ਤੋਂ ਲੋੜ ਤੋਂ ਵੱਧ ਖਰਚਿਆ। ਚਲੋ ਇਹ ਵੀ ਗੱਲ ਜਿਹੜੀ ਆ ਟਾਰਗੇਟ ਹੋ ਸਕਦੀ, ਕਰ ਲਓ ਜੀ ਕੋਈ ਗੱਲ ਨਹੀਂ, 50% ਤੋਂ ਵੱਧ ਵੀ ਖਰਚਣਾ ਹਾਲਾਂਕਿ ਨਿਯਮਾਂ ਦੇ ਖਿਲਾਫ ਆ। ਹੁਣ ਗੱਲ ਇਹ ਹੈ ਕਿ ਗਰੀਬ ਘਰਾਂ ਨੂੰ ਜਿਹੜੇ ਲੋਕਾਂ ਦੀ ਮੁਰੰਮਤ ਕਰਨੇ ਆ ਜਿਹੜੇ ਆਮ ਲੋਕ ਹੁੰਦੇ ਆ ਉਹਨਾਂ ਨੂੰ ਤੁਸੀਂ 15,000-15,000 ਰੁਪਈਆ ਜਿਹੜਾ ਦੇਣਾ ਹੁੰਦਾ। ਤੇ ਕਹਿੰਦੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਾਂ ਉਸ ਹਲਕੇ ਦੇ ਇਲਾਕੇ ਬਾਕੀ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਵਿੱਚ ਹਰ ਜਿੰਨੇ ਵੀ ਮਕਾਨ ਮੁਰੰਮਤ ਕਰਨ ਦੀ ਐਪਲੀਕੇਸ਼ਨ ਦਿੱਤੀ ਉਹਨੂੰ 15,000 ਦੀ ਬਜਾਏ 50,000-50,000 ਜਿਹੜਾ ਉਹ ਦੇ ਦਿੱਤਾ ਗਿਆ। ਹੁਣ ਆਪਣੇ ਆਪ ਦੇ ਵਿੱਚ ਆਹ ਜਿਹੜਾ ਤੁਸੀਂ ਕੁਐਸਚਨ ਉਠਾਇਆ ਕਿ ਇੱਕ ਤਾਂ ਸੰਗਰੂਰ ਦੀ ਜ਼ਿਮਨੀ ਚੋਣ ਸੀ, ਹਾਂ ਇੱਕ ਗੱਲ ਮੈਂ ਹੋਰ ਕਲੀਅਰ ਕਰਦਾ ਵਾਂ, ਐਨ ਜ਼ਿਮਨੀ ਚੋਣਾਂ ਤੋਂ 1 ਮਹੀਨਾ ਪਹਿਲਾਂ 19 ਕਰੋੜ ਰੁਪਈਆ ਸੁਖਵਿੰਦਰ ਜੀ ਕਹਿੰਦੇ ਆ ਹੋਰ ਜਿਹੜਾ ਉਹ ਜ਼ਿਲ੍ਹਾ ਸੰਗਰੂਰ ਨੂੰ ਦਿੱਤਾ ਗਿਆ। ਤਾਂ ਹੁਣ ਇਹ ਜਿਹੜੇ ਫੰਡ ਦਿੱਤੇ ਗਏ, ਔਰ ਦੂਜੇ ਪਾਸੇ ਜਿਹੜੀ ਤੁਸੀਂ ਗੱਲ ਇੱਕ ਜੁੜੀ ਆ ਕਿ ਜ਼ਿਮਨੀ ਚੋਣ ਤੋਂ ਪਹਿਲਾਂ ਹਰੇ ਸੀ ਜਦੋਂ ਸਿਮਰਜੀਤ ਸਿੰਘ ਮਾਨ ਜਿੱਤਦੇ ਆ, ਤੇ ਦੂਸਰੇ ਬੰਨੇ ਇਹ ਜ਼ਿਮਨੀ ਚੋਣ ਜਿਹੜੀ ਆ ਮਾਪਾ ਇਹ ਲੋਕ ਸਭਾ ਦੀ ਚੋਣ ਜਿਹੜੀ ਸਿਰ ਤੇ ਸੀ ਜਿਹਦੇ ਵਾਸਤੇ ਭਗਵੰਤ ਮਾਨ ਹੁਣੀ 13-0 ਦੀ ਗੱਲ ਕਰਦੇ ਨੇ, ਤਾਂ ਸ਼ਾਇਦ ਇਹ ਫੰਡ ਜਿਹੜੇ ਇਸੇ ਕਰਕੇ ਹੀ ਉਸ ਹਲਕੇ ਨੂੰ ਜਿਹੜੇ ਉਹ ਦਿੱਤੇ ਗਏ। ਦੂਸਰੇ ਪਾਸੇ ਸੁਖਪਾਲ ਸਿੰਘ ਖਹਿਰਾ ਵੀ ਉੱਥੇ ਵਨ ਮੈਨ ਆਰਮੀ ਦੇ ਤੌਰ 'ਤੇ ਲੜੇ, ਤਾਂ ਫਿਰ ਉਹ ਸਥਿਤੀਆਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਕਮਜ਼ੋਰ ਸਥਿਤੀਆਂ ਸੀ, ਸ਼ਾਇਦ ਉਹਨਾਂ ਨੂੰ ਭਾਪਣ ਵਾਸਤੇ ਹੀ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਹੀ ਫੰਡ ਜਿਹੜੇ ਨੇ ਬਿਲਕੁਲ ਖੁੱਲ੍ਹ ਕੇ ਰੱਖ ਦਿੱਤੇ ਗਏ। ਇਸ ਗੱਲ ਨੂੰ ਵੀ ਛੱਡਦੀ ਇੱਥੇ। ਇਸ ਤੋਂ ਵੱਧ ਹੋਰ ਹੈਰਾਨੀਜਨਕ ਤੱਥ ਕੀ ਆਇਆ ਕਿ ਜਿਸ ਤਰੀਕੇ ਨਾਲ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਹਾਂ ਭਾਈ ਤੁਸੀਂ ਅਖਤਿਆਰੀ ਫੰਡ ਦੇ ਵਿੱਚੋਂ ਕਿਸੇ ਮੰਦਿਰ, ਕਿਸੇ ਮਸਜਿਦ, ਕਿਸੇ ਗੁਰਦੁਆਰੇ ਨੂੰ ਤੁਸੀਂ ਪੈਸੇ ਨਹੀਂ ਦੇ ਸਕਦੇ, ਕਿਸੇ ਧਰਮਸ਼ਾਲਾ ਨੂੰ ਦੇ ਸਕਦੇ। ਪਰ ਕਹਿੰਦੇ ਆ ਇਹਨਾਂ ਨੇ ਇਹਨਾਂ ਨਿਯਮਾਂ ਨੂੰ ਵੀ ਛਿੱਕੇ 'ਤੇ ਟੰਗ ਕੇ ਇਹਨਾਂ ਧਾਰਮਿਕ ਸਥਾਨਾਂ ਨੂੰ ਵੀ ਜਿਹੜੇ ਪੈਸੇ ਜਿਹੜੇ ਫੰਡ ਦੇ ਰੂਪ 'ਚ ਤਿਆਰ ਦਿੱਤੇ। ਹੁਣ ਸਿੱਧੂ ਸਾਹਿਬ ਪ੍ਰਸ਼ਨ ਇਹ ਬਣਦਾ ਕਿ ਜਦੋਂ ਤੁਸੀਂ ਨਿਯਮਾਂ ਨੂੰ ਹੀ ਛਿੱਕੇ 'ਤੇ ਟੰਗਦਾ ਤਾਂ ਇਸ ਦਾ ਸਾਫ ਮਨੋਰਥ ਹੈ ਕੀ?
ਤਾਂ ਫਿਰ ਸਾਫ ਨੋਟ ਤਾਂ ਸੁਖਵਿੰਦਰ ਜੀ ਫਿਰ ਇਹੋ ਹੀ ਨਜ਼ਰ ਆਉਂਦਾ ਕਿ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਜੇ ਕਿ ਜੇਕਰ ਅਸੀਂ ਕੰਮ ਕੀਤੇ ਤਾਂ ਤੁਸੀਂ ਸਾਨੂੰ ਵੋਟ ਪਾਓ, ਤਾਂ ਇਸ ਦਾ ਸਾਫ਼ ਮਤਲਬ ਇਹ ਆ ਕਿ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਤੁਸੀਂ ਕੰਮ ਨਹੀਂ ਕੀਤੇ, ਤਾਂ ਫਿਰ ਉਸੇ ਤਰੀਕੇ ਦੇ ਨਾਲ ਹੀ ਵੋਟਾਂ ਖਰੀਦ ਲਈਆਂ ਗਈਆਂ ਜਾਂ ਵੋਟਾਂ ਖਰੀਦੀਆਂ ਗਈਆਂ ਜਿਸ ਤਰੀਕੇ ਨਾਲ ਆਮ ਆਪ ਪਾਰਟੀਆਂ ਖਰੀਦੀਆਂ ਨੇ, ਤੇ ਜਿਸ ਮਾਨ ਬਾਰੇ ਭਗਵੰਤ ਮਾਨ ਹੁਣੀ ਖੁਦ ਸਟੇਜ ਤੇ ਇਹ ਕਹਿੰਦੇ ਹੁੰਦੇ ਆ ਕਿ ਹਾਂ ਭਾਈ ਜੇ ਤੁਹਾਡੇ ਕੋਈ ਪੈਸਾ ਦੇਣ ਆਉਂਦਾ ਲਕਸ਼ਮੀ ਦੇਣ ਆਉਂਦਾ ਲਕਸ਼ਮੀ ਲੈ ਲਓ ਕਿਉਂਕਿ ਇਹ ਤੁਹਾਡੀ ਆ, ਵੋਟ ਤੁਸੀਂ ਆਪਣੇ ਮਨ ਮਰਜ਼ੀ ਦਾ ਪਾਇਓ। ਤਾਂ ਸ਼ਾਇਦ ਫਿਰ ਸੁਖਵਿੰਦਰ ਜੀ ਇਹੋ ਕੁਝ ਹੀ ਆਮ ਆਦਮੀ ਪਾਰਟੀ ਨਾਲ ਵੀ ਹੋਇਆ, ਕਿਉਂਕਿ ਜੇਕਰ ਜ਼ਿਲ੍ਹਾ ਸੰਗਰੂਰ ਦੇ ਵਿੱਚ ਇੰਨੇ ਫੰਡ ਦਿੱਤੇ ਜਾ ਸਕਦੇ ਆ ਤੇ ਦੂਜੇ ਪਾਸੇ ਜਿਹੜੇ ਆਪਣੇ 13 ਹਲਕੇ ਜਿਹੜੇ ਲੋਕ ਸਭਾ ਦੇ ਜਿਹੜੇ ਹਲਕੇ ਨੇ, ਫਿਰ ਉੱਥੇ ਕੀ ਕੁਝ ਹੋਇਆ ਹੋਵੇਗਾ। ਉੱਥੇ ਵੀ ਸ਼ਾਇਦ ਲੋਕਾਂ ਨੇ ਉਹ ਕੁਝ ਕੀਤਾ ਹੋਵੇ ਜੋ ਭਗਵੰਤ ਮਾਨ ਹੁਣੀ ਕਹਿੰਦੇ ਰਹੇ ਆ, ਕਿਉਂਕਿ ਬੰਦਿਆਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਬੰਦਿਆਂ ਦੇ ਉੱਤੇ ਵੀ ਇਲਜ਼ਾਮ ਲੱਗਦਾ ਰਿਹਾ ਕਿ ਸੁਖਵਿੰਦਰ ਜੀ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪੈਸੇ ਦੀ ਜਿਹੜੀ ਵਰਤੋਂ ਕਥਾ ਤੌਰ ਤੇ ਹੋਈ ਹੈ, ਆਮ ਤੌਰ ਤੇ ਚਰਚਾਵਾਂ ਨਹੀਂ। ਤਾਂ ਸ਼ਾਇਦ ਫਿਰ ਸੁਖਵਿੰਦਰ ਜੀ ਇਹੋ ਹੀ ਕਾਰਨ ਆ ਕਿ ਜ਼ਿਲ੍ਹਾ ਸੰਗਰੂਰ ਦੇ ਵਿੱਚ ਖਜ਼ਾਨੇ ਦਾ ਜਿਹੜਾ ਮੂੰਹ ਖੋਲ ਦਿੱਤਾ ਗਿਆ, ਤਾਂ ਫਿਰ ਉਹਦਾ ਸਿੱਟਾ ਜਿਹੜਾ ਉਹ ਸਾਹਮਣੇ ਆ। ਬਾਕੀ ਇਹਦੇ ਨਾਲ ਨਿਜ਼ਮਾਂ ਦੀ ਧੱਜੀਆਂ ਉੱਡੀਆਂ ਨੇ। ਪੰਜਾਬ ਸਰਕਾਰ ਜਿਹੜੀ ਭਗਵੰਤ ਮਾਨ ਹੁਣੀ ਕਹਿੰਦੇ ਕਿ ਇੱਕ ਵੀ ਪੈਸਾ ਮੈਂ ਆਪਣੀ ਜੇਬ 'ਚ ਨਹੀਂ ਜਾਂਦਾ, ਜੇਕਰ ਇੱਕ ਪੈਸਾ ਤੁਹਾਡੀ ਜੇਬ 'ਚ ਨਹੀਂ ਗਿਆ ਪਰ ਜੇਕਰ ਤੁਹਾਡੇ ਉੱਥੇ ਹਮਾਇਤੇ ਨੇ ਤੁਹਾਡੇ ਸਮਰਥਕਾਂ ਦੇ ਵੀ ਜੇਬਾਂ 'ਚ ਜਾਂਦਾ ਵੀ ਟੇਢੇ ਤਰੀਕੇ ਨਾਲ ਵਿਕਾਸ ਦੇ ਰੂਪ ਦੇ ਵਿੱਚ, ਤਾਂ ਸੁਖਵਿੰਦਰ ਜੀ ਫਿਰ ਜਾਂਚ ਦਾ ਵਿਸ਼ਾ ਤਾਂ ਇਹ ਵੀ ਬਣਦਾ ਆ। ਜਿਸ ਤਰੀਕੇ ਨਾਲ ਬੀਤੇ ਦੌਰ 'ਚ ਬਠਿੰਡੇ ਦੀ ਗੱਲ ਚੱਲਦੀ ਰਹੀ ਆ, ਹੁਣ ਸੰਗਰੂਰ ਦੀ ਗੱਲ ਚੱਲਣੀ ਸ਼ੁਰੂ ਹੋ ਗਈ ਹੈ। ਖੈਰ ਦੇਖੋ ਅਗਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਹੁਣੀ ਇਹਦੇ ਸੰਬੰਧੀ ਕੀ ਆਪਣਾ ਜਵਾਬ ਦਿੰਦੇ, ਜਵਾਬ ਤਾਂ ਉਹਨਾਂ ਨੇ ਕੀ ਦੇਣਾ, ਅਗਲੇ ਦਿਨਾਂ 'ਚ ਕੀ ਰਣਨੀਤੀ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਾਸਤੇ ਬਣਾਉਂਦੇ ਜਾਂ ਬਾਕੀ ਇਲਾਕਿਆਂ ਵਾਸਤੇ ਬਣਾਉਂਦੇ, ਇਹ ਤਾਂ ਹੁਣ ਸੁਖਵਿੰਦਰ ਜੀ ਸਮਾਂ ਦੱਸੇਗਾ। ਬਾਕੀ ਸੰਗਰੂਰ ਜ਼ਿਲ੍ਹਾ ਇਸ ਵੇਲੇ ਜ਼ਰੂਰ ਚਰਚਾਵਾਂ ਦੇ ਉੱਤੇ ਸਿਖਰਾਂ ਤੇ ਹੈ। ਚਲੋ ਅਨਿਕ ਸਾਹਿਬ, ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ। ਸਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਤੇ ਗੱਲਬਾਤ ਕੀਤੀ ਗਈ, ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।